ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਅਧਿਆਏ 63 ਸਿੱਧਾਂ ਨਾਲ ਚਰਚਾ ਕੌਣ ਸਤਾਲ ਤੋਂ ਪਾਣੀ ਦੋਹਰਾ ਚਿਰੰਕਾਲ ਤਰ ਮਨ ਸ਼ੁਸ਼ਕ ਸ਼੍ਰੀ ਗੁਰੂ ਭਗਤ ਜਲ ਪ੍ਰੇਮ। ਭਾਈ ਸਾਹਿਬ ਕਹਿ ਰਹੇ ਆ ਇਹ ਜਿਹੜਾ ਮਨ ਰੂਪੀ ਬੂਟਾ ਆ ਤਰ ਮੈਨੇ ਦਰਖਤ ਆ ਇਹ ਸ਼ੁਸ਼ਕ ਮੈਨੇ ਖੁਸ਼ਕ ਹੋ ਰਿਹਾ। ਅਤੇ ਜਿਵੇਂ ਸੁੱਖ ਦੇ ਬੂਟੇ ਨੂੰ ਪਾਣੀ ਮਿਲ ਜਾਵੇ ਫਿਰ ਹਰਾ ਹੋ ਜਾਂਦਾ। ਸ਼੍ਰੀ ਗੁਰ ਪਗ ਜਲ ਪ੍ਰੇਮ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਜਲ ਆ ਪ੍ਰੇਮ ਰੂਪੇ ਜਿਹੜਾ ਇਹ ਜਲ ਨੂੰ ਚੰਗੀ ਤਰ੍ਹਾਂ ਸੀਂਚ ਭਲੇ ਕਰਕੇ ਹਰਿਓ ਕਉ ਕਥਾ ਦੇ ਖੇਮ। ਕਹਿੰਦੇ ਜਿਹੜਾ ਪ੍ਰੇਮ ਰੂਪੀ ਜਲ ਆ ਇਹਦੇ ਨਾਲ ਚੰਗੀ ਤਰ੍ਹਾਂ ਇਹਨੂੰ ਸਿੰਜ ਕੇ ਇਹ ਬੂਟੇ ਨੂੰ ਹਰਾ ਭਰਾ ਕੀਤਾ ਅਤੇ ਜਿਹੜੀ ਅੱਗੇ ਕਥਾ ਖੇਮ ਮੈਨੇ ਮੁਕਤੀ ਦੇਣ ਵਾਲੀ ਆ ਖੁਸ਼ੀ ਦੇਣ ਵਾਲੀ ਆ ਉਹ ਕਥਾ ਮੈਂ ਕਹਿ ਰਿਹਾ ਹਾਂ। ਸ਼੍ਰੀ ਬਾਲਾ ਸੁੰਦਰ ਬਾਜ ਵੀ ਬਾਈ ਬਾਲੇ ਨੇ ਜਿਵੇਂ ਕਿਹਾ ਉਹ ਹੀ ਮੈਂ ਕਵਿਤਾ ਦੇ ਵਿੱਚ ਉਹ ਸਾਖੀਆਂ ਕੀਤੀਆਂ ਪੜ੍ਹੇ ਲੈ। ਤਬ ਗੋਰਖ ਨੇ ਬੋਲ ਭਰਤਰੀ ਸੋ ਕਹੀ ਗੋਰਖ ਨੇ ਭਰਤਰੀ ਨੂੰ ਬੁਲਾਇਆ ਔਰ ਕਿਹਾ ਜਾਬ ਤੁਮ ਅਬ ਤਾਂ ਆਨ ਹੇਠਾਂ ਸਹੀ ਹੁਣ ਤੁਸੀਂ ਉੱਥੇ ਜਾਓ ਅਤੇ ਸ਼੍ਰੀ ਗੁਰੂ ਜੀ ਨੂੰ ਇਸ ਜਗ੍ਹਾ ਸਹੀ ਲੈ ਆਵੋ। ਸਰਵ ਸਿੱਧ ਸੁਣ ਮਿਲਿਆ ਜਵੈ ਚਲ ਆਏ ਹੈ ਜਦੋਂ ਸਾਰੇ ਸਿੱਧਾਂ ਨੂੰ ਆ ਕੇ ਮਿਲਣ ਹੈ ਜਦੋਂ ਹੁਣ ਕਹਿੰਦੇ ਉਹ ਚੱਲ ਕੇ ਆਏ ਆ ਐਡੀ ਦੂਰੋਂ ਆਏ ਵੀ ਆ ਜੇ ਮਿਲੇ ਨਾ ਫਿਰ ਤਾਂ ਕੋਈ ਗੱਲ ਨਾ ਬਣੀ। ਉਹ ਲੇਹੇ ਦਰਸ ਕੋ ਦੇਹੇ ਪਰੇ ਸੁਖ ਪਾਏ ਹੈ ਭਾਈ ਜਿੰਨੇ ਸਾਰੇ ਉਹਨੇ ਦਰਸ਼ਨ ਕਰਕੇ ਸੰਗਾ ਚੰਗਾ ਸੁੱਖ ਪ੍ਰਾਪਤ ਕਰ ਲੈਣਗੇ। ਕਹਿਤ ਭਰਤੀ ਬਹਿਣ ਮਿਲਿਓ ਜਬ ਆਦੀ ਭਰਤੀ ਕਹਿਣ ਲੱਗਾ ਜਦੋਂ ਪਹਿਲਾਂ ਮਿਲਿਆ ਸੀ ਸੁਣਿਓ ਤੁਹਾਡਾ ਸ਼ੁਭ ਤੱਤ ਪਏ ਲਾਦੀ ਮੈਨੂੰ ਤੋਂ ਸ਼ੁਭ ਤੱਤ ਮੈਨੇ ਸਿਧਾਂਤ ਦੀਆਂ ਗੱਲਾਂ ਸੁਣੀਆਂ ਸੀ ਅਤੇ ਮੈਨੂੰ ਉਦੋਂ ਹੀ ਅਹਿਲਾਦ ਮੈਨੇ ਬੜੀ ਖੁਸ਼ੀ ਹੋ ਗਈ ਸੀ ਅਬ ਤੁਮੇ ਆਏ ਸਮਾਨ ਜਾਏ ਮੈਂ ਆਉਣ। ਕਹਿੰਦੇ ਅੱਗੇ ਤਾਂ ਕੁਦਰਤੀ ਨਾਰਦ ਨੇ ਦੱਸਿਆ ਸੀ ਅਤੇ ਬਹਾਨਾ ਬਣ ਗਿਆ ਸੀ ਦਰਸ਼ਨ ਦਾ ਹੁਣ ਤੁਸੀਂ ਆਗਿਆ ਦਿੱਤੀ ਹੈ ਅਤੇ ਉਹਨੂੰ ਮੰਨ ਕੇ ਮੈਂ ਜਾਵਾਂਗਾ ਅਤੇ ਉਹਨਾਂ ਨੂੰ ਲਿਆਵਾਂਗਾ। ਹੁਣ ਬੰਦ ਅਗਾਰੀ ਹਾਥ ਬੇਨੰਤ ਖਾਨ ਉਹਨਾਂ ਕੋਲ ਜਾ ਕੇ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਕੇ ਕਹਾਂਗਾ ਬੇਨਤੀ ਕਰਾਂਗਾ ਹੱਸ ਕੇ ਆਏ ਅਧੂਰ ਅਦੇਸ ਬਖਾਨ। ਇਸ ਪ੍ਰਕਾਰ ਉਹ ਕਹਿ ਕਰਕੇ ਮਹਾਰਾਜ ਦੀ ਹਜ਼ੂਰੀ ਆ ਗਿਆ ਅਤੇ ਆਦੇਸ਼ ਆ ਕੇ ਨਮਸਕਾਰ ਬੋਲੀ ਹਰ ਕਤਾਰ ਉਹ ਮੇਰੇ ਜ਼ੋਰ ਕਰ ਪੰਜ ਬੜੀ ਖੁਸ਼ੀ ਨਾਲ ਹਿਰਦੇ 'ਚ ਦੋਵੇਂ ਹੱਥ ਜੋੜ ਕੇ ਪਾਨਵੇਂ ਨੇ ਹੱਥ ਜੋੜ ਕੇ ਪ੍ਰੇਮ ਨਾਲ ਆ ਕੇ ਮਿਲਿਆ ਹੈ ਚਲੀਏ ਦੀਨ ਦਿਆਲ ਮੇਰ ਕੇ ਉੱਪਰ ਇਹ ਦੀਨਾਂ ਦਇਆ ਕਰਨ ਵਾਲੇ ਸਮੇਰ ਪਰਬਤ ਉੱਪਰ ਚੱਲੋ ਹੁਣ ਦਰਸ਼ ਚੈਤ ਸਭ ਸਿੱਧ ਉਡੀਕ ਹਿਤ ਤਰੇ ਔਰ ਤੁਹਾਡੇ ਦਰਸ਼ਨ ਚਾਹੁੰਦੇ ਆ ਸਾਰੇ ਸਿੱਧ ਉਡੀਕਦੇ ਆ ਬੜਾ ਪ੍ਰੇਮ ਧਾਰਿਆ ਹੋਇਆ ਬੋਲੇ ਪੰਕਜ ਨਾਨਕੀਨ ਸਨਮਾਨਿਆ ਕਬਲ ਨੈਨ ਸਤਿਗੁਰਾਂ ਨੇ ਉਹਦਾ ਬਹੁਤ ਸਤਿਕਾਰ ਕੀਤਾ ਧੰਨ ਭਰ ਤੁਮੇ ਯੋਗ ਰਸਨ ਕਹਿੰਦੇ ਭਰਤੀ ਭਾਈ ਤੂੰ ਧਾਨਿਆ ਯੋਗ ਦੇ ਰਸ ਸਵਾਦ ਨੂੰ ਤੈਂ ਜਾਣ ਲਿਆ ਚੰਦ ਵਦਨ ਤਿਰਿਆ ਤਜੀ ਦੇਸ਼ ਧਨ ਰਾਜ ਜੋ ਫੇਰ ਚੰਦਰ ਮੁਖ ਵਾਲੀਆਂ ਇਸ ਤਰ੍ਹਾਂ ਦੇਵੀਆਂ ਨੂੰ ਤਿਆਗਿਆ ਦੇਸ਼ ਧਨ ਰਾਜ ਮਲ ਸਾਰਾ ਤਿਆਗ ਦਿੱਤਾ ਹੈ ਉਹ ਜਨਮ ਸਵਾਰੋ ਰਤਨ ਤਿਆਗ ਜਗ ਲਾਜ ਜੋ ਫਿਰ ਸੰਸਾਰ ਦੀ ਲਾਜ ਸ਼ਰਮ ਛੱਡ ਕੇ ਆਪਣਾ ਜਨਮ ਸਵਾਰ ਲਿਆ ਹੈ ਇਹ ਤਾਂ ਲੋਕ ਲਾਜ ਵੀ ਤੁਰਨ ਨਹੀਂ ਨਾ ਦਿੰਦੀ ਕਿਸੇ ਪਾਸੇ ਲੈ ਇਹ ਕਿਧਰ ਸਾਧਾਂ ਕੋਲ ਜਾਣ ਲੱਗ ਪਿਆ ਹੈ ਹੁਣ ਇਹਦੀ ਉਮਰ ਸੀ ਖਾਣ ਪੀਣ ਦੀ ਹੁਣ ਇਹ ਅੰਮ੍ਰਿਤ ਛੱਕ ਕੇ ਬਹਿ ਗਿਆ ਇਹੋ ਜਿਹੀਆਂ ਪੁੱਠੀਆਂ ਗੱਲਾਂ ਕਰਨਗੇ ਨਾ ਪ੍ਰਥ ਮੇਰ ਪਰ ਆਪ ਜਾਏ ਸੋ ਦੀਜੀਏ ਪਹਿਲਾਂ ਸਵੇਰ ਵਿੱਚ ਜਾ ਕੇ ਉਹਨਾਂ ਨੂੰ ਖਬਰ ਦੇ ਦਿਓ ਅੰਮ੍ਰਿਤ ਸਦਨ ਸਰਵਾਦੇਸ ਬਣੀ ਜੀ ਹੈ ਮੇਰੀ ਵੱਲੋਂ ਪਾਤਸ਼ਾਹ ਕਹਿੰਦੇ ਸਾਡੇ ਵੱਲੋਂ ਸਾਰੇ ਸਿੱਧਾਂ ਨੂੰ ਆਦੇਸ਼ ਕਹਿ ਦੇਣੇ ਆਪ ਤਾਂ ਪਸ਼ਚਾਤ ਨਾ ਬਿਲਮ ਲਗਾਵੇ ਅਸੀਂ ਤੁਹਾਡੇ ਪਿੱਛੇ ਆ ਜਾਵਾਂਗੇ ਬਿਲਮ ਦੇਰੀ ਨਹੀਂ ਲਾਵਾਂਗੇ ਉਹ ਦਰਸ਼ਨ ਪਰਸਨ ਕਰਿਆ ਭਰੇ ਮਨ ਪਾਵੇ ਇਹ ਦਰਸ਼ਨ ਪਰਸਨ ਕਰਕੇ ਜਿਹੜਾ ਸਾਡਾ ਮਨ ਹੈ ਉਹ ਬੜੇ ਆਨੰਦ ਨੂੰ ਪਾਏਗਾ ਮਨ ਬੋਧਾ ਆਨੰਦ ਪ੍ਰਾਪਤ ਕਰੇਗਾ ਹੁਣ ਕਿਹਾ ਪਰਸਨ ਕਿਹਾ ਔਰ ਇਹਦੇ ਹਰ ਖਾਇਕ ਮਹਾਰਾਜ ਜੀ ਆਗਿਆ ਮਿਲ ਗਈ ਸੁਣ ਕੇ ਭਰਤਰੀ ਬਹੁਤ ਖੁਸ਼ ਹੋ ਕੇ ਗਿਆ
ਸਭ ਸੋ ਕਈ ਆਦੇਸ਼ ਸੁਰ ਚਰਗੁਣ ਗਾ ਕੇ ਔਰ ਸੁੰਦਰ ਜਸ ਕਥਨ ਕਰਕੇ ਸਾਰਿਆਂ ਨੂੰ ਸਿੱਧਾਂ ਨੂੰ ਆਦੇਸ਼ ਕਹੀ। ਆਪ ਤੁਮ ਪਹਚਾਤ ਕਹਿਤ ਨੇ ਦੇਰ ਪਾਤਸ਼ਾਹ ਨੇ ਹੁਕਮ ਕਰਤਾ, ਅਸੀਂ ਤੇ ਤੂੰ ਪਿੱਛੇ ਆ ਰਹੇ ਹਾਂ, ਦੇਰੀ ਨਹੀਂ ਹੋਏਗੀ। ਉਹ ਜਿਹਨੇ ਮਲੋਕਣ ਚਾਹੇ ਸੋ ਸ਼ੇਖਰ ਸੁਮੇਰ ਕੇ ਉਸ ਮੇਰ ਚੋਟੀ ਨੂੰ ਵੇਖਣਾ ਚਾਹੁੰਦੇ ਆ। ਹਾਂਜੀ, ਕੋਈ ਨਾਨਾ ਪੰਥ ਆਪਸ ਨੂੰ ਕਰਤ ਪਿਆ ਵਿਚਾਰ ਸਿੱਧ, ਕਿਤੇ ਮਰਦਾਨ ਮੈਨ ਮੁੱਖ ਸੋ ਕਹਿ ਦਿਆ। ਸਿੱਧ ਆਪਣੇ ਮਨ 'ਚ ਕਈ ਤਰ੍ਹਾਂ ਦੀਆਂ ਦਲੀਲਾਂ ਵਿਚਾਰਾਂ ਕਰ ਰਹੇ ਸੀ। ਇੱਧਰ ਮਰਦਾਨਾ ਆਪਣੇ ਮੁੱਖ ਤੋਂ ਕੋਈ ਸ਼ਬਦ ਕਹਿ ਰਿਹਾ ਹੈ। ਸ਼੍ਰੀ ਪਰਮ ਕੰਧ ਦੁੱਖ ਦੁੰਦ ਕੇ ਨਕੰਧ ਅਬ ਦੇਖੇ ਸਮੇਰ ਜਹਾਂ ਗੁਰ ਕਰਿਆ ਤਾਂ ਕਹਿਣ ਲੱਗਾ ਇਹ ਮੁਕਤੀ ਦਾਤੇ ਆਪ ਜੀ ਦੁੱਖਾਂ ਪਾਪਾਂ ਦਾ ਦੁਬੰਧ ਦੁਬੰਧਾਵਾਦ ਦਾ ਨਾਸ ਕਰਨ ਵਾਲਿਆਂ ਕੱਢਣ ਵਾਲਿਆਂ ਨਕੰਧ ਹੁਣ ਚਾਹੁੰਦੇ ਆਪਾਂ ਸਮੇਰ ਪਾਤ ਗੋਰਖ ਜਿੱਥੇ ਰਹਿ ਰਿਹਾ ਹਾਂਜੀ ਉੱਥੇ ਦੇਖੀਏ। ਬੇਦੀ ਮਸਤਾ ਲੱਗੇ ਕਮਲ ਸੁਣ ਬੋਲੇ ਤਵੇ, ਚਲੋ ਮਰਦਾਂ ਦੇਖ ਦੇਖਿਓ ਸੋਚਿਆ ਤਾਂ ਬੇਦੀਆਂ ਦੀ ਫੁੱਲ ਦੇ ਮਾਨ ਸਰੋਵਰ ਹੈਂ ਔਰ ਕਮਲ ਇਹ ਸੁਣ ਕੇ ਉਹਦੇ ਬੱਚੇ ਨੂੰ ਬੋਲੇ, ਚੱਲ ਮਰਦਾਨੇ ਜਦੋਂ ਦੇਖਣਾ ਚਾਹੁੰਦੇ ਤੈਨੂੰ ਦਿਖਾ ਦਿੰਦੇ ਹਾਂ। ਐਸੇ ਕਹਿ ਗਏ ਸੁਮੇਰ ਪਰ ਤਤਕਾਲ ਤਾਂ ਜਾਂ ਸਿੱਧ ਮੰਡਲ ਗੋਰਖ ਸਾਹਿਬ, ਐਸਾ ਕਹਿ ਸੁਮੇਰ ਪਰ ਛੇਤੀ ਚਲੇਗਾ ਜਿੱਥੇ ਸਿੱਧ ਮੰਡਲੀ ਗੋਰਖ ਸਿੱਧ ਮੰਡਲੀ ਸਾਹਿਬ ਬੈਠਾ ਸੀ। ਕਵਿਤ ਕਰਿਆ ਨਿਜ ਗਿਆਨ ਕੋ ਵਖਾਨ ਜੇ ਥਨ ਵੈਸੇ ਨਾਨਕ ਜੀ ਜਾਏ ਕਹਿ ਆਦੇਸ਼ ਹੈ ਉਚਾਰਿਆ। ਔਰ ਫਿਰ ਕਹਿੰਦੇ ਆ ਜਿਹੜੀ ਜਗ੍ਹਾ ਸਿੱਧ ਆਪਣੇ ਗਿਆਨ ਦੀਆਂ ਗੱਲਾਂ ਬਾਤਾਂ ਕਰ ਰਹੇ ਸੀ ਪਾਤਸ਼ਾਹ ਆਦੇਸ਼ ਕਹਿ ਕੇ ਉੱਥੇ ਜਾ ਬੈਠੇ। ਗੁਰ ਕਹਿਤ ਆਦਿ ਪੁਰਖ ਆਦੇਸ਼ ਵਾਲੇ ਆਓ ਬੈਠ ਮੇਰੇ ਟੇਕ ਆਦਿ ਸਤਿਕਾਰਿਆ। ਗੁਰ ਕਹਿਣ ਲੱਗਾ ਆਦਿ ਪੁਰਖ ਆਦੇਸ਼ ਇਹ ਬਲ ਕੇ ਆਓ ਮੇਰੇ ਕੋਲ ਬੈਠੋ। ਗੋਰਖ ਨੇ ਬਹੁਤ ਸਤਿਕਾਰ ਕੀਤਾ ਹੈ। ਮਨ ਮੈਂ ਵਿਚਾਰੇ ਮਤ ਹਮਰੂ ਜਿਤਾਰੇ ਇਹ ਜਗਤ ਵਿਚਾਰੇ ਬਥਾਰੇ ਜਸ ਪੂਰੀ ਬੁਝਾਰਿਆ। ਹਾਲੇ ਵੀ ਇਹ ਮਨ 'ਚ ਗੱਲ ਆ, ਗੁਰ ਆਪਣੇ ਮਨ 'ਚ ਵਿਚਾਰ ਕਰ ਰਿਹਾ ਕਿ ਕਹਿੰਦੇ ਸਾਡਾ ਇਹ ਪੰਥ ਮਤ ਧਾਰ ਲੈਣ ਸਾਰੇ ਸਾਡੀ ਪੂਜਾ ਬਹੁਤ ਵਧਾ ਦੇਗਾ। ਐਸੇ ਵਰਤਨ ਬੋਲਿਓ ਲਿਆਓ ਪਿਆਲਾ ਜਾਏ ਨਾਨਕ ਉਹ ਦਿਓ ਲਿਓ ਲੱਗ ਗਏ ਮਤਵਾਰ। ਭਰਤ ਨੂੰ ਕਹਿਣ ਲੱਗਾ ਜਾ ਕੇ ਕਹਿੰਦੇ ਉਹ ਜਿਹੜੀ ਪੰਜ ਰਤਨੀ ਆ ਸ਼ਰਾਬ ਦਾ ਪਿਆਲਾ ਲਿਆ ਮਾਰਨ ਨੂੰ ਦੇ ਤੈਂ ਤਾਂ ਕਹਿੰਦੇ ਇਹਨਾਂ ਦੀ ਜਿਹੜੀ ਲਿਵ ਲੱਗ ਜਾ ਇਹ ਫਿਰ ਠੀਕ ਹੈ ਮਸਤ ਹੋ ਜਾਣ ਮਤਵਾਰਿਆ ਮੈਨੇ ਮਸਤ ਹੋ ਜਾਣ। ਮੈਨੂੰ ਤਾਂ ਬਤਾਏ ਗੁਰੂ ਅਗਰੇ ਬਣਾਏ ਰੱਖਿਓ ਪੂਜਾ ਮਤਵਾਲਾ ਵਾਲੇ ਜਾਂ ਕੋ ਪੀਜੀਏ। ਬਾਕੀ ਪਿਆਲਾ ਲਾਇਆ ਔਰ ਬਣਾ ਸੁਣਾ ਕੇ ਮਹਾਰਾਜ ਸਾਹਮਣੇ ਰੱਖ ਦਿੱਤਾ। ਕਹਿਣ ਲਾ ਇਹਨੂੰ ਇਹ ਬਾਲੇ ਪੀ ਲਓ ਮਸਤ ਹੋ ਜਾਓ। ਸ਼੍ਰੀ ਗੁਰੂ ਬਖਾਨੀ ਇਹ ਐਸੇ ਕੈਸੇ ਇਹਨੂੰ ਪਾਣੀ ਤੁਮ ਗੁਰ ਗਾ ਪੀ ਲੇਵ ਜੋ ਲਗੀ ਜੀ ਹੈ। ਪਾਤਸ਼ਾਹ ਕਹਿਣ ਲੱਗੇ ਹੈਂ ਇਹ ਕਿਸ ਤਰ੍ਹਾਂ ਦਾ ਪਾਣੀ ਤੂੰ ਲਿਆ। ਗੋਰਖ ਨੇ ਕਿਹਾ ਪੀ ਕੇ ਲਿਵ ਲੱਗ ਜਾਏਗੀ। ਸੀਸ ਹੁੰਦੇ ਕਾਲ ਟਰੈ ਭੂਖ ਪਿਆ ਸੂਹ ਹਰੈ ਤਿੰਨੋਂ ਤਾਪ ਨਾਸ਼ ਕਰੇ ਚੌਥੋਂ ਪਦ ਪੀਜੀਏ। ਕਹਿੰਦੇ ਗੋਰਖ ਨੇ ਕਿਹਾ ਇਹਨੂੰ ਪੀ ਕੇ ਲਿਵ ਲੱਗ ਜਾਏਗੀ ਹੈਂ ਸਿਰ ਦੋ ਤੋਂ ਮੌਤ ਦਾ ਦੁੱਖ ਟਲ ਜਾਏਗਾ ਦੂਰ ਹੋ ਜਾਏਗਾ ਭੁੱਖ ਪਿਆ ਦੋਵੇਂ ਖਤਮ ਹੋ ਜਾਣਗੇ ਤਿੰਨਾਂ ਤਾਪਾਂ ਦਾ ਨਾਸ਼ ਹੋ ਜਾਏਗਾ ਚੌਥੇ ਪਦ ਦੇ ਵਿੱਚ ਬਿਰਤੀ ਚੱਲ ਜਾਏਗੀ ਭਿੱਜ ਜਾਏਗੀ। ਵਿਸਰੇ ਜ ਮੇਰੀ ਤੇਰੀ ਰਿੱਧ ਸਿੱਧ ਹੋਏ ਚੇਰੀ ਸੁਣੀਆਂ ਕਨੇਰੀ ਧੁਨ ਅਮਰ ਬੀਜੀ ਹੈ। ਫਿਰ ਮੇਰ ਤੇਰ ਵਿਸਰ ਜਾਏਗੀ ਰਿਧੀਆਂ ਸਿੱਧੀਆਂ ਤੁਹਾਡੀਆਂ ਦਾਸ ਬਣ ਜਾਣਗੀਆਂ ਜਿਹੜੀ ਅਨਹਤ ਧੁਨੀ ਆ ਉਹ ਤੁਹਾਨੂੰ ਸੁਣਾਈ ਦੇਵੇਗੀ ਤੁਸੀਂ ਅਮਰ ਪਦਵੀ ਨੂੰ ਪਾ ਲਓ। ਭਈਆ ਹੁਣ ਮਹਾਰਾਜ ਦੱਸਣਗੇ ਸ਼੍ਰੀ ਬੁਝ ਕੌਣ ਵਿਧੀ ਤੁਮ ਕੱਢ ਲਿਓ ਮਤ ਦੇਹੋ ਤਾਈ। ਪਾਤਸ਼ਾਹ ਕਹਿੰਦੇ ਕਿਹੜੀ ਵਿਧੀ ਨੂੰ ਤੁਸੀਂ ਸ਼ਰਾਬ ਕੱਢਦੇ ਆ ਇਹ ਦੱਸੋ ਪਹਿਲਾਂ। ਚੰਗਰ ਪਾ ਕੇ ਕਰੀ ਭੱਠੀਆ ਛਿਤ ਲਾਣ ਕੋ ਕਰ ਕਹਿ ਕਸਫਾਈ। ਚੰਗਰ ਨਾਲ ਕਹਿਣ ਲੱਗਾ ਧਰਤੀ ਦੇ ਭੱਠੀ ਬਣਾ ਲੈਂਦੇ ਹਾਂ ਕੁਝ ਲਾਣ ਨੂੰ ਪਾ ਕੇ ਸੱਗ ਪਾ ਦਿੰਦੇ ਆ ਕਿੱਕਰ ਦਾ ਕਸ ਹੈਂ ਅਤੇ ਉਹ ਭੱਠੀ ਜਿਹੜੀ ਧਰਤੀ ਬਣਾ ਕੇ ਅਤੇ ਲਾਹਣ ਹੈਂ ਉਹ ਲਾਹਣ ਜਿਹੜਾ ਸਾਜੋ ਸਮਾਜ ਸਾਰਾ ਪਾ ਦਿੰਦੇ ਆ। ਪਾਉ ਗੁਜ਼ਾਰ ਕਹਿ ਲਾਏ ਨਾਲੀ ਕਾਟੋ ਤੋ ਮਧ ਕੀ ਸ਼ੁਭ ਧਾਰ ਚੋ ਆਈ। ਫਿਰ ਕੀ ਕਰਦੇ ਆ ਕਿ ਉਹਦੇ 'ਚ ਉਹ ਜਿਹੜਾ ਅੱਗ ਬਾਲ ਕੇ ਘੜੇ ਨਾਲ ਨਾਲੀ ਲਾ ਕੇ ਉਹ ਸ਼ੁਭ ਜਿਹੜੀ ਸ਼ਰਾਬ ਦੀ ਧਾਰ 'ਚੋਂ ਆਉਂਦੇ ਆ ਪੀਵੇ ਦੁੱਖ ਸੁੱਖ ਸਮਾਨ ਲੱਗੀ ਲਿਵ ਜੋ ਕਬ ਡੋਲਣਾ ਜਾਈ ਪੀਣਾ। ਕਹਿੰਦਾ ਫਿਰ ਦੁੱਖ ਸੁੱਖ ਤਾਂ ਇੱਕੋ ਜਿਹਾ ਲੱਗਦੇ ਆ ਇਸ ਤਰ੍ਹਾਂ ਲਿਵ ਲੱਗ ਜਾਂਦੀ ਹੈ ਮਨੁੱਖ ਫਿਰ ਡੋਲਦਾ ਨਹੀਂ। ਦੁਆਰਾ ਕਮਲ ਵਧਨ ਸਭ ਸੁੱਖ ਸਦਨ ਸੁਣ ਕਰਦੇ ਨਸ ਬਹਿਣ ਹੈਂ
ਕਮਲ ਵਰਗਾ ਜਿਨ੍ਹਾਂ ਦਾ ਮੁੱਖੜਾ ਸੁੱਖਾਂ ਦੇ ਸਦਨ ਘਰ ਆ। ਸਤਿਗੁਰੂ ਜੀ ਨੇ ਇਹਨਾਂ ਦੀ ਗੱਲ ਸੁਣ ਕੇ ਜਿਹੜੀ ਅਸਲ ਸ਼ਰਾਬ ਦੀ ਯੁਗਤੀ ਬਾਰੇ ਵਚਨ ਕਰ ਰਹੇ ਆ ਦੁਆਰਾ ਆਸ ਪ੍ਰਕਾਰ ਕੇ ਵਚਨ ਸੁਣ ਸਦ ਸਰਬ ਤੇ ਕਾਲ ਨਿਜਮਤ ਕੇ ਅਨੁਸਾਰ ਵੈ ਬੋਲੇ ਪਰਮ ਅਨੁਸਾਰ। ਸਤਿਗੁਰੂ ਇਹ ਵਚਨ ਸੁਣ ਕੇ ਸਿੱਧ ਉਸ ਸਮੇਂ ਆਪਣੇ ਮਤ ਨਾਲ ਬਹੁਤ ਰਸ ਵਾਲੇ ਹੋ ਕੇ ਜਿਹੜੇ ਵਚਨ ਆ ਉਹ ਬੋਲੇ ਆ ਦੁਆਰਾ ਸੁਣ ਸਦਨ ਕੇ ਮਤਨ ਕੋ ਸ਼੍ਰੀ ਸੂਰਜ ਗਿਆਨ ਬਣੇ ਵਚਨ ਤੇ ਇਹ ਪ੍ਰਤਵ ਹੈ ਨਿਜ ਮਤ ਕਰਨ। ਸਿੱਧਾਂ ਦੇ ਮਾਤੀਆਂ ਗੱਲਾਂ ਜਿਹੜੀਆਂ ਨੇ ਸੁਣ ਕੇ ਜਿਹੜੇ ਗਿਆਨ ਦੇ ਸੂਰ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੇ ਫਿਰ ਸਿੱਧਾਂ ਦੇ ਨਾਲ ਵਚਨ ਕੀਤਾ ਹੈ। ਸ਼੍ਰੀ ਮੁੱਖ ਵਾਕ ਮਹਲਾ ਪਹਿਲਾ ਕਿਉਂ ਮਰਿਆ ਮੰਦਾ ਕਿਉਂ ਜੀਵੈ ਜੋਗ ਕੰਨ ਪੜਾ ਗਿਆ ਖਾਜਾ ਭੋਗ। ਕਹਿੰਦੇ ਜਿਹੜਾ ਮੰਦਾ ਪਾਪ ਆ ਨਾ ਇਹ ਕਿਵੇਂ ਮਰੇ, ਇਹ ਕਿਵੇਂ ਜੜੋਂ ਪੁੱਟਿਆ ਜਾ ਸਕਦਾ, ਅਤੇ ਜਿਹੜਾ ਜੀਵਨ ਦੀ ਯੋਗਤੀ ਅਸਲੀ ਮਾਰ ਗਿਆ ਉਹਦਾ ਕਿਵੇਂ ਪਤਾ ਲੱਗਦਾ, ਔਰ ਕੰਨ ਫੜਾ ਕੇ ਰੋਟੀਆਂ ਖਾਣ ਦਾ ਕੀ ਲਾਭ ਆ, ਖਾਜਾ ਭੋਗਤ ਭੋਗਤ ਜਿਹੜਾ ਪਜੀਰਾ ਖਾਣ ਦਾ ਕੀ ਲਾਭ ਆ। ਆਸਤ ਨਾਸਤੇ ਕੋ ਨਾ ਆਓ ਕੌਣ ਸੋ ਕਰ ਜਿੱਤ ਰਹਿ ਆਓ, ਆਸਤ ਦੁਨੀਆਂ ਦਾ ਹੋਣਾ ਨਾਸਤ ਨਾ ਹੋਣਾ ਹੈ। ਕਹਿੰਦੇ ਇਹਦੇ ਵਿੱਚ ਇੱਕ ਨਾਵੇਂ ਸਥਿਰ ਰਹਿੰਦਾ, ਇਹ ਚੀਜ਼ਾਂ ਸਥਿਰ ਰਹਿਣ ਵਾਲੀਆਂ ਨੇ, ਔਰ ਉਹ ਕਿਹੜਾ ਅੱਖਰ ਆ ਜਿਹਦੇ ਦੁਆਰਾ ਮਨ ਜਿਹੜਾ ਟਿਕਿਆ ਰਹਿੰਦਾ ਉਹ ਗੁਰੂ ਦਾ ਸ਼ਬਦ ਆ। ਧੂਪ ਸ਼ਬਦ ਜੇ ਸਮ ਕਰ ਸਹਿ ਤਾਂ ਨਾਨਕ ਆਖਿਆ ਗੁਰੂ ਕੋ ਗਹਿ ਹੈ, ਇਹ ਇਨਸਾਨ ਤੋਂ ਪਛਾਣ ਦੁੱਖ ਸੁੱਖ ਨੂੰ ਇੱਕ ਸਮਾਨ ਸਹਾਰ ਲਵੇ। ਪਾਤਸ਼ਾਹ ਕਹਿੰਦੇ ਆ ਉਹ ਜਿਹੜਾ ਐਸਾ ਮਹਾਨ ਨਿਰੰਕਾਰ ਉਹਦੇ ਨਾਮ ਦਾ ਤੇਰਾ ਚਾਰਨ ਹੋ ਸਕਦਾ ਹੈ ਨਾ ਤਾਂ ਨਾਨਕ ਆਖਿਆ ਗੁਰੂ ਕੋ ਗਹਿ। ਪਾਤਸ਼ਾਹ ਕਹਿੰਦੇ ਫਿਰ ਗੁਰੂ ਦੇ ਸ਼ਬਦ ਨੂੰ ਕਹਿੰਦਾ ਜੇ ਵਰਤਾਰੇ ਵਰਤਾ ਭੂਤ ਨਾਂ ਸੰਸਾਰੀ ਨਾ ਦੂਤ। ਫਿਰ ਪਾਤਸ਼ਾਹ ਕਹਿੰਦੇ ਆ ਕਿ ਇਸ ਤਰ੍ਹਾਂ ਫਿਰ ਚੇਲੇ ਹੋ ਕੇ ਲੋਕ ਜਿਹੜੇ ਆ ਛੇ ਭੇਖਾਂ ਦੇ ਵਿੱਚ ਪ੍ਰਵਿਰਤ ਹੁੰਦੇ ਆ, ਹੈਂ ਵਰਤਦੇ ਆ, ਛੇ ਵਰਤਾਰੇ ਵਰਤੇ ਭੂਤ, ਇਹ ਜਿਹੜੇ ਛੇ ਵਰਤਾਰੇ ਆ ਭੂਤ ਮੈਨੂੰ ਪੁੱਤ ਬਣ ਕੇ ਚੇਲੇ ਬਣ ਕੇ ਵਰਤਦੇ ਆ, ਨਾ ਸੰਸਾਰੀ ਨਾ ਦੂਤ, ਨਾ ਉਹ ਸੱਚੇ ਦੁਨੀਆਦਾਰ ਆ ਨਾ ਉਹ ਅਧੂਤ ਮੈਨੇ ਤਿਆਗੀ ਸਾਧ ਬਣਦੇ ਆ, ਬਾਬੇ 'ਚ ਵਿਚਾਲੇ ਜਿਹਾ ਲਟਕੀ ਜਾਂਦੇ ਆ, ਨਿਰੰਕਾਰ ਜੋ ਰਹਿ ਸਮਾਏ ਆਏ ਵੀ ਖਮਗਣ ਜਾ। ਕਹਿੰਦੇ ਉਹ ਨਿਰੰਕਾਰ ਤਾਂ ਸਾਰਿਆਂ 'ਚ ਸਮਾਇਆ ਰਹਿੰਦਾ, ਇਹ ਭੇਖਿਆ ਜਾਣ ਦੀ ਕੀ ਲੋੜ ਆ, ਜੇ ਉਹਦੇ 'ਤੇ ਭਰੋਸਾ ਆ ਤਾਂ ਉਹ ਦੇਵੇਗਾ। ਦੁਆਰਾ ਸੁਣ ਕੇ ਸਿੱਧ ਦੂਸ਼ਣ ਪਏ ਬੋਲੇ ਬੋਰ ਨੂੰ ਕੋਈ ਪਰ ਬਚ ਸੁਣ ਕੇ ਸਿੱਧ ਸਾਰੇ ਪਏ ਲੋਕ ਪਕਾਇਆ ਬੋਰ ਖੋਣਾ ਫਿਰ ਕੋਈ ਨਹੀਂ ਬੋਲਿਆ, ਚਰਚਾ ਮੈਂ ਹਾਰਤ ਨਹੀਂ ਸਮਝਦੇ ਪਏ ਮਨ ਸੋ ਗੱਲ ਕੇ ਚਰਚਾ ਹਾਰਦੇ ਨਹੀਂ, ਹੈਂਜੀ ਆਪਣੇ ਮਨ 'ਚ ਸਮਝ ਰਿਹਾ ਕਿ ਸਾਰੇ ਕਰਕੇ ਤਾਂ ਦੇਖ ਲਿਆ ਨਾ ਤਜਰਬਾ, ਹੁਣ ਬੈਠੇ ਪੇਕੇ ਜਾਓ ਕੋਠ ਜਾਂ ਤਾਂ ਉਤਮਨਾਥ ਮਗਨ ਧਿਆਨ ਮੈਂ ਦੱਬ ਰਹੇ ਜਿੱਥੇ ਉਤਮਨਾਥ ਬੈਠੇ ਹੋਏ ਸੀ ਮਹਾਰਾਜ ਧਿਆਨ 'ਚ ਮਗਨ ਹੋ ਗਿਆ। ਬੋਲੇ ਦਿਨ ਕਿ ਸਾਹਿਬ ਸ਼੍ਰੀ ਗੁਰਮੋਦ ਵਡਾ ਕੇ ਸਾਹਿਬ ਸੱਚੇ ਪਾਤਸ਼ਾਹ ਬੋਦ ਖੁਸ਼ੀ ਨੂੰ ਵਧਾ ਕੇ ਬੋਲੇ ਆਸਣ ਕੋ ਲੈ ਬੈਸੋ ਆਸਣ ਹਿਰਦੇ ਕੇ ਵਿੱਚ ਐਸੇ ਘੁੱਗੂ ਨਾਲ ਸੰਗ ਬੋਲਿਆ ਸੁਣਾ ਕੇ ਘੁੱਗੂ ਨੂੰ ਸੁਣਾ ਕੇ ਬੋਲਿਆ ਕਹਿੰਦਾ ਆਸਣ ਲੱਗ ਬੈਠੇ ਹਾਂ ਹਿਰਦੇ 'ਚ ਕੋਈ ਆਸ਼ਾ ਨਹੀਂ, ਮਨ ਕੈਸੇ ਸਾਧੀ ਕੌਣ ਮਤ ਕੇ ਰਾਧੀ ਤੁਮ ਉਤਨਾ ਕਿਹਾ ਸੁਣੋ ਮਨ ਤੇ ਉਠਾਏਗਾ ਹੈ। ਹੁਣ ਕਹਿਣ ਲੱਗਾ ਘੁੱਗੂ ਨਾਲ ਜਿਹੜੇ ਮਾਧੀ ਕਹਿੰਦੇ ਤੁਸੀਂ ਆਰਾਧਨਾ ਪੂਜਾ ਕਰਦੇ ਮਨ ਸੋਚ ਕੇ ਉੱਤਰ ਕਹਿੰਦੇ ਆ ਸੁਣਦੇ ਨੇ ਹੈਂ ਦਰਸ਼ਨ ਬੜੇ ਚੰਗੇ ਲੱਗਦੇ ਆ, ਉਤਰਨਾ ਕਹੇ ਉਹ ਸੁਣੋ ਮਨ 'ਤੇ ਉਠਾ ਕੇ ਹੈਂ ਮਨ ਵਿੱਚ ਉਠਾ ਕੇ ਸੋਚ ਕੇ ਉੱਤਰ ਕਹਿੰਦੇ ਆ ਜਾਂ ਸੁਣਦੇ ਨਹੀਂ ਅਚੋ ਲੱਗੇ ਦਰਸ਼ਨ ਕਰਮ ਨਾ ਜਨਮ ਜਾਏ ਬੋਲੇ ਦੇ ਨੇ ਕੈਸੇ ਜਾਣੇ ਕਹੀਏ ਬਜਾ ਕੇ। ਦਰਸ਼ਨ ਬੜੇ ਚੰਗੇ ਲੱਗ ਰਹੇ ਆ ਅੱਛੇ ਲੱਗ ਰਹੇ ਬਾਰਮ ਨੇ ਜਾਣ ਭੇਦ ਨਹੀਂ ਜਾਣਿਆ ਜਾ ਸਕਦਾ ਅਵਤਾਰ ਦੇ ਵਰਗ ਬੋਲਣ ਤੋਂ ਬਗੈਰ ਕਿਵੇਂ ਜਾਣਾਂਗੇ ਹੈਂ ਸਮਝਾ ਕੇ ਗੱਲ ਕਹੋ। ਘੁੱਗੂ ਨਾਲ ਗੁਰੂ ਮਹਾਰਾਜ ਬਚਨ ਲਾ ਕੇ ਇੱਕ ਚੰਗੇ ਅਵਤਾਰ ਜਾਣ ਕੇ ਹਿਰਦੇ ਕਹਿੰਦੇ ਖੁਸ਼ ਵੀ ਬੜਾ ਹੋਇਆ। ਸਿੱਧ ਨਾ ਜਤੀ ਗੋ ਨਾਮ ਨਾ ਧਰਾਓ ਜਗ ਉੱਚੋ ਨੂੰ ਚੋ ਪਦ ਤਾਜ ਸਿੰਘੀ ਨਾ ਵਜਾਏ ਹੋ। ਪਾਤਸ਼ਾਹ ਕਹਿਣ ਲੱਗੇ ਸਿੱਧ ਨਾਥ ਜਤੀ ਪਦ ਕੋਈ ਵੀ ਸੰਸਾਰ ਦੇ ਉੱਤੇ ਆਪਣਾ ਨਾਮ ਧਰਾਇਆ ਨੇ ਨੀਵੀਆਂ ਉੱਚੀਆਂ ਪਦਵੀਆਂ ਛੱਡ ਕੇ ਹੈਂ ਸਿੰਘੀ ਨਹੀਂ ਵਜਾਉਂਦਾ ਹਾਂ। ਡਿੰਬ ਨਾ ਦਿਖਾਵੋ ਨੇ ਮਨ ਕੋ ਵਧਾਵੋ ਦੁੱਖ ਸੁੱਖ ਕੋ ਮਟਾਵੋ ਦੁਆਤ ਮਨ 'ਤੇ ਭੁਲਾਇਓ। ਕਹਿੰਦੇ ਅਸੀਂ ਕੋਈ ਪਖੰਡ ਨਹੀਂ ਕਰਦੇ ਨਾ ਹੰਕਾਰ ਨੂੰ ਵਧਾਉਂਦੇ ਹਾਂ, ਦੁੱਖ ਸੁੱਖ ਮਿਟਾ ਕੇ ਇਹ ਜਿਹੜੀ ਦੁਵੈਸ਼ ਦੂਈ ਦੁਵੈਸ਼ ਹੈ ਨਾ ਇਹਨੂੰ ਮਨ 'ਚੋਂ ਭੁਲਾ ਦਿੱਤਾ।
पोत नंदा ताज हुए के अत्यंत नत गुरु ने कहा है कहना चेला पाए लायो हूँ कहते हैं दो सुख मिटाता द्वैश मन चु भुला दिती है पोस्त नंदा छड़ दिती है और ईश्वर की शक्ति जी माया उदी माया जड़ी है और उदा कोई मेल नहीं पाव सारे पासे ब्रह्म ही ब्रह्म नजर आ रहा एक अंकार खेल शिव शक्ति ने मेल को इस वास्ते कहंदे उसका निंदा त्यागती है हमेशा चिंत रहने हैं गुरु ना कहने चेला पैला ना गुरु कहने हैं ना चेला बना के किसी चेले नूं पैरी लाउंदे हाँ और सारे एक अंकार खेड़ है ईश्वर की शक्ति कह लो माया कह लो कोई मेल नहीं भाव सारे ब्रह्म परमेश्वर नजर आ रहा है एक अंकार खेल शिव शक्ति ने मेरे को बोलो हम विसार कर कुछ ना लाए इस वास्ते कहते बोलना विसार के भुला के असं चुप हाँ कुछ भी अलाए कथ नहीं करते उठे तब ताए कर चरण लगाए मिले हृदय हरखाए दो बहु सुख पाए इस को गुनाह चढ़ा सी चंबा नाथ छेती नोट खड़े हुए दौड़ के चरण ते हाथ रख के मिले हृदय बड़े खुश हो गए सुख पाया वैसे पुन नानक जी नागर हो जागर जे बोले चंबा नाथ संग मुख मुस्काएगा और फिर कहते मारा बह गया दोहां ने बड़ा सुख पाया जो मारा बह गया जिन्हें बहुत चित्राई सारी प्रगट हो गई ये मुस्का के चंबा नाथ नाल बचन किया बोले कौन गिरे रहो किड़े घर च रहने कौन माता तुम कहो थोड़ा मत कि दसो नहीं तुझे ने मिटाए पे दीजिए जनायक है ते अपनी चुप न तोड़ के ये भेद जरा सू जना दौ दस दौ सिद सिद सब बोले आप रहन बोले मन बोले मन मरम जाने जाए पाक्यो है सुनाए गए जो तु चुप रह मन का भेद नहीं जाने जा सकता सानू सुना के दसो गल की है बोले बोलन हार को तोले तोलन हार जो खेला खेल हार नहीं हमें कश काजा कहने लगे बोलता है बोलना तोलता तोलना खेलना खेलता है साडा कहते इन्हों कोई मतलब कम नहीं है गावे गावन हार अटकावे अटकावन हार जावे जान हार पुन भाज हार भाज है अटका अटका जाने वाला जाता भजना भजदा हाँ जी रावण राम देवदान वना नाम को एक ही वो खेल सब एक ही भाज है ना उत्थे कहंदे कोई रावण है ना राम है ना कोई देवता ना कोई दैंत है एक परमात्मा की सारी खेल है वो सारे जाए विराजमान हो रहा जिस पसारा सब एक ने पसारा अमृत ने बेचारा जानते पर उस राज है असं यह सारी खेड देख ली है एको एक विराज रहा ये देशों के जोड़े पसारे बहुत बड़े बने हैं सब एक ने विस्तार किया कहते हिरदे च इस तरह विचारिया इस करके सुख पाया ये सारा कुछ वो भाने बच्चे हो रहा है मिले हर खाए सुख पाए सी सुनाए कर परम को मिटाए इतने पे अहलाद सुन गोपी जन गुगुना चंबा ना मंगल ते हृदय में आंदे पर थ्री आल सुन मिल के बड़ा सुख पाया सिर झुकाया के मिले परम मिटाया मन च बड़ा अहलाद खुशी हुई गोपू जन गुगुना चंबा ना मंगल नाथ हृदय बड़े आनंद हुए पर थ्री आदक बहुत खुश हो गया आत्मंद कहे तुम ईश्वर मकंद हो जी धरा है नरजन सु परमात सु सिद सिर जगा के मिल पाए खुश हो गए बड़ा सुख है परम टा के बड़े खुश हो गए हाँ जी तो गोपी चंद गुगू ना चंबा मंगल परतरी मिल के हिरदे च बहुत आनंदित हो गए धरा है नरंजन स्वरूप परमात तुम नरंजन स्वरूप धारिया जरा परमात जी की कोई आद है ही नहीं किनू है न्याल में दिनों इंतदारान आई बिन संजेगा तू मेरे प्रसाद सुन सानू तुसी आके बहुत निहाल कर दिता दर्शन देते आप जी की कृपा ना संसार तो रहत हो गई जड़ी ऐसी गति से वो पा ली है कहते हरकत पै कहते ही समान रहे केवर सिखाए बैठ क्रोध सो चारे कई तो खुश होए कई मान हंकार च बैठे कई गुस्सा जा गए क्रोध न भरे शब्दों वचन बोल रहे देखे तेरी कला तू तो बहु बोलता है बोल ऊँचे ऐसे गए कला आप अपनी दिखा रहा तू तो बहुत ऊँचे बोल बोलना तेरी करामत देखिए इस तरह कहें
ਸਾਨੂੰ ਆਪਣੀ ਕਲਾ ਜਿਹੜੀ ਸ਼ਕਤੀ ਦਿਖਾਲ ਦੇ। ਗੋਪੀ ਚੰਦ ਕਹਿ ਸੁਣੋ ਮੰਗਲ ਮਾਨ ਜੋਗੀ ਕਰੇ ਬਾਤ ਮੰਦ ਮਤ ਭੇਦ ਨਾ ਵਿਚਾਰਿਆ। ਗੋਪੀ ਨਾਥ ਕਹਿਣ ਲੱਗਾ ਕਿ ਮੰਗਲ ਨਾਥ ਜੋਗੀ ਜੀ ਇਹ ਖੋਟੀ ਮੱਤ ਵਾਲੇ ਝਗੜਾ ਕਰ ਰਹੇ ਬਾਤ, ਅਸਲ ਭੇਦ ਨੂੰ ਵੀ ਵਿਚਾਰਦੇ ਨੇ। ਬਚਨ ਵਿਚਾਰ ਕੇ ਵਿਚਾਰਤ ਨਾ ਸੁਣੇ ਸੁਣੋ ਬਾਜੀ ਗਾਰੀ ਦੀ ਜਿਵੇਂ ਹੀ ਤੁਰ ਧਾਰਿਆ। ਇਹ ਬਚਨ ਵਿਚਾਰ ਕੇ ਵਿਚਾਰਦੇ ਨੇ ਨਾ ਕੰਨਾਂ ਨੂੰ ਸੁਣਦੇ। ਜਾਣ ਲਓ ਬਾਜੀਗਰ ਦੇ ਤਰੀਕੇ ਨਾਲ ਇਹਨਾਂ ਨੇ ਆਪਣੇ ਚੇਤ 'ਚ ਪ੍ਰੇਮ ਧਾਰਿਆ ਆ, ਜਿਵੇਂ ਬਾਜੀਗਰ ਚੜ੍ਹ ਜਾ ਹੁੰਦਾ ਉਲਟਾ। ਬੋਲੋ ਮੰਗਲ ਨਾਥ ਜੋ ਕਛ ਜੋ ਕੁਛ ਕਰਦਾ ਹੈ ਕਾਰਨ ਦਿਓ, ਸਭ 'ਤੇ ਵੱਡ ਜਾ ਨਾਥ ਕਰੇ ਮਾਨ ਕੁਹਾਨ। ਮੰਗਲ ਕਹਿਣਾ ਜਿਹੜਾ ਕਰਦੇ ਹੈ ਕਰਨ ਦਿਓ, ਸਭ ਤੋਂ ਵੱਡੇ ਮਹਾਨ ਸੰਸਾਰ ਦੇ ਨਾਥ ਇਹਨਾਂ ਦੇ ਮਨ ਵਿੱਚੋਂ ਹੰਕਾਰ ਦਾ ਨਾਸ ਕਰਨਗੇ। ਕਵਿਤ ਇਹਨ ਤਿੰਨਾ ਲਗ ਸੋ ਹਰ ਇੱਕ ਅਤੇ ਵਿਧ ਨਹੀਂ ਲੱਜਦਾ ਹਟੇ ਸਭ ਮਾਨ ਹੈ ਵਿਸ਼ੇਖਿਆ। ਸਾਧੂਰ ਇਹਨਾਂ ਤੋਂ ਛੋਟੇ ਨਹੀਂ, ਉਹ ਕਦੀ ਇਹਨਾਂ ਤੋਂ ਹਾਰ ਨਹੀਂ ਸਕਦੇ। ਇਹ ਜਿਹੜੇ ਲੋਕ ਬੜੇ ਹੰਕਾਰੀ ਹੈ ਇਹ ਸ਼ਰਮਿੰਦੇ ਹੋ ਕੇ ਆਪੇ ਪਿੱਛੇ ਹਟ ਜਾਣਗੇ। ਬਲ ਕੋ ਲਗਾਏ ਬਾਨ ਪਾਨ ਚਲਾਏ ਜੈਸੇ ਤੈਸੇ ਗੋਪੀ ਚੰਦ ਤੁਮ ਕੌਤੁਕ ਦੇਖੀਏ। ਕਹਿੰਦੇ ਗੋਪੀਨਾਥ ਕੌਤੁਕ ਦੇਖੋ, ਪੱਥਰ ਨੂੰ ਤੀਰ ਮਾਰਨ ਵਾਂਗ ਜਿਹੜੇ ਸਿੱਧ ਆ ਆਪਣੀ ਸ਼ਕਤੀ ਦੱਸਣਗੇ। ਪਾਹਨ ਮੈਨੇ ਪੱਥਰ ਭੰਗਰ ਸੁਰਤ ਸਿੱਧ ਛੰਗਰ ਨਿਰਤ ਸਿੱਧ ਡੰਗਰ ਕਣਕ ਸ਼ੰਭੂ ਨਾ ਕੇ ਤੇਰੇ। ਔਰ ਅੱਗੇ ਜਿਹੜੇ ਆ ਭੰਗਰ ਨਾਥ ਆ, ਸੁਰਤ ਸਿੱਧ ਆ, ਛੰਗਰ ਆ, ਨਿਰਤ ਸਿੱਧ ਆ, ਡੰਗਰ ਆ, ਕਣਕ ਆ, ਸ਼ੰਭੂ ਨਾ, ਇਹ ਸਾਰੇ ਦੇਖ ਲਓ। ਜਿਹਦੇ ਸਿਖਾਈ ਮਿਰਗਾਨੀ ਜੇ ਉਡਾਈ ਸਭ ਕਹੂੰ ਮੈਂ ਬਰਾਗਣ ਚਲਾਈ ਨਾ ਭੇਖਿਆ। ਕਿਸੇ ਨੇ ਤਾਂ ਸ਼ੇਰ ਜਿਹੜੀ ਮਿਰਗ ਦੀ ਖੱਲ ਸੀ, ਕਿਸੇ ਨੇ ਬਰਾਗਣ, ਕਿਸੇ ਨੇ ਆਕਾਸ਼, ਕੁਝ ਛੱਡਦਾ ਕਿਸੇ ਨੂੰ ਕੁਝ। ਇਹਨਾਂ ਨੂੰ ਦੇਖੋ ਸਿੰਘੀ ਕੋ ਬਜਾਏ ਹਾਥ ਤਿਆਗ ਕਹਿ ਭਰਮਾਏ ਡੰਡਾ ਸੌਜ ਸਭ ਆਪਣੇ ਆਕਾਸ਼ ਮੈਂ ਉਡਾਈਆ। ਸਿੰਘੀ ਵਜਾ ਕੇ ਹੱਥੋਂ ਪਿਓ ਡੰਡੇ ਜਾਂ ਬਜ ਘੁਮਾ ਰਹੇ, ਆਪਣੀ ਜਿੰਨੀ ਵੀ ਉਹਨਾਂ ਦੀ ਸਾਜੋ ਸਮਾਜ ਸੀ ਆਕਾਸ਼ 'ਚ ਉਡਾ ਤਾ। ਮੰਦਾ ਮੁੰਦਾ ਪੁਨ ਫਰੂਆ ਜੇ ਸੁੰ ਸ਼ੁੰਕ ਦੀ ਫਿਰਤ ਕੀਤੀ ਜਿੱਤੋ ਜਿੱਤੋ ਜ਼ੋਰ ਤੇਤੋ ਤਾਂ ਸਭ ਲਾਈਏ। ਫਿਰ ਭਾਈ ਸਾਹਿਬ ਕਹਿੰਦੇ ਜਿੰਨਾ ਜਿੰਨਾ ਕਿਸੇ ਜ਼ੋਰ ਸੀ ਲਾਇਆ ਨਾ, ਜੋ ਜਿਹੜੇ ਮੁੰਦਰਾਂ ਸੀ ਟੂਟੇ ਛੂਕਦੇ ਫਿਰਦੇ ਆ, ਇਸ ਤਰ੍ਹਾਂ ਦੇ ਡਰਾਮੇਬਾਜ਼ੀ ਕਰ ਰਹੇ ਆ। ਜ਼ੋਰ ਸਾਰਾ ਲਾ ਕੇ ਥੱਕ ਗਿਆ, ਹਿਰਦੇ ਕਰਵਾਏ ਨਿਜ ਸ਼ਕਤੀ ਲਗਾਏ ਸਿੱਧ ਪੰਖੀ ਜੋ ਫਿਰ ਤਾਂ ਅਸਮਾਨ ਰਹੋ ਛਾਈਆ। ਫਿਰ ਕਹਿੰਦੇ ਆ ਹਿਰਦੇ 'ਚ ਬੜਾ ਹੰਕਾਰ ਕਰ ਸ਼ਕਤੀ ਲਾ ਕੇ ਪੰਛੀਆਂ ਨੂੰ ਸਿੱਧਾ ਅਸਮਾਨ ਵਿੱਚ ਘੁੰਮ ਰਹੇ ਆ। ਨਾਨਕ ਤੂਸ਼ਣ ਕੋ ਧਾਰ ਕਰ ਬਹਿਸ ਰਹੇ ਦੇਖ ਤਮਾਸ਼ੇ ਪੈ ਨਾ ਬਾਂ ਕੋ ਲਈ। ਫਿਰ ਮਹਾਰਾਜ ਆਪਣੀ ਹਾਂਜੀ ਸਾਰੀ ਸ਼ਕਤੀ ਲਾ ਕੇ ਪੰਛੀਆਂ ਨੂੰ ਸਿੱਧਾ ਅਸਮਾਨ 'ਚ ਵਿਚਰ ਹੈ, ਤੁਹਾਨੂੰ ਗੁਣਾ ਚੁੱਪ ਧਾਰ ਕੇ ਬੈਠ ਰਿਹਾ, ਕਰ ਤਮਾਸ਼ਾ ਵੇਖ ਰਿਹਾ, ਕੋਈ ਬਚਨ ਨਹੀਂ ਕੀਤਾ। ਜਨ ਸਭ ਸਿੱਧ ਅਬ ਡਰਿਓ ਉਰਮਾ ਹੈ ਇਹ ਦੋਨੇ ਗੁਰਵਾਜ ਚਾਹੇ ਚੇਤ ਮੈਂ ਵਡਾਇਆ। ਸਾਰੇ ਜੀ ਜਾਣ ਲਿਆ ਹੁਣ ਤਾਂ ਹਿਰਦੇ ਬਹੁਤ ਡਰਦੇ ਆ, ਬਹੁਤ ਦੁਗਣਾ ਹੰਕਾਰ ਚਿੱਤ ਵੀ ਵਧਾ ਲਿਆ ਹੈ। ਆਏ ਕਹਿ ਨੇਕਟ ਬੋਲੇ ਬਚਨ ਵਿਅਕਤ ਤਬ ਦੇਖ ਸਭ ਸਿੱਧ ਨੇ ਕਿਸੇ ਜੋ ਲਗਾਇਓ ਤੇਰੇ ਕੋਲ ਬੈਠਦੇ ਆ। ਹਾਂਜੀ ਮੇਰੇ ਜਿਹੜੇ ਬਚਨ ਸਿੱਖ ਲਓ ਤਪਾ ਕਹਾਉਣਾ ਹੈ ਅਤੇ ਫਿਰ ਹਿਰਦੇ 'ਚ ਬੜਾ ਹੰਕਾਰ ਕਰ ਰਿਹਾ ਹੈ। ਆਏ ਕਹਿ ਨੇਕਟ ਬੋਲੇ ਬਚਨ ਵਿਅਕਤ ਨੇੜੇ ਆ ਕੇ ਮਾੜੇ ਬਚਨ ਬੋਲੇ ਦੇਖ ਸਕਦੇ ਨੇ ਸਿੱਧੀ ਕੋਲ ਹੈ। ਸਭ ਸਿੱਧਾਂ ਦੀ ਜਿਹੜੀ ਸਿੱਧੀ ਦੇਖ ਲਓ ਜਿਹੜੀ ਉਹਨਾਂ ਨੇ ਲਗਾਇਓ ਵਿਖਾਈ ਹੈ ਤੇਰੇ ਕੋਲ ਬੈਠਦੇ ਹੈ। ਸੀਖ ਲੈ ਨੇ ਬੋਲ ਮੇਰੇ ਤੇਰੇ ਪਾਸ ਬਹਿਸ ਕਰ ਤਪੇ ਕੋ ਕਹਾ ਜਗ ਰਿਹਾ ਗੁਰੂ। ਇਸ ਵੇਲੇ ਬੋਲ ਸਿੱਖ ਲਓ, ਤੁਸੀਂ ਤਪੇ ਕਹਾ ਰਹੇ ਹਾਂ ਹਿਰਦੇ ਬੜਾ ਹੰਕਾਰ ਕਰਦੇ ਹਾਂ। ਮਾਂਤਰਾ ਬਾਤ ਸਮਝਾਇਓ ਪਰਿਵਾਨ ਆਪ ਦੇਖੀ ਕਰਾਂ ਮਾਂ ਤੂੰ ਤੂਸ਼ ਨੂੰ ਕਰਾਵੇ। ਸਾਡੀ ਗੱਲ ਚੰਗੀ ਤਰ੍ਹਾਂ ਸਮਝਾਉਂਦੇ ਮੰਨਦੇ ਨਹੀਂ, ਹੁਣ ਤੇਰੀ ਕਰਾਂ ਵੇਖ ਲਈ ਹੈ, ਹੈਂ ਚੁੱਪ ਕਰਾ ਕੇ ਬਿਠਾ ਦਿੱਤਾ। ਅੱਜ ਉਹਨਾਂ ਸਿੱਧ ਵੇਖ ਲਏ ਹੋ ਨਿਰਵਾਰੋ ਹੱਠ ਗੁਰ ਕੇ ਚਲੇ ਹੋਏ ਮੁੰਡਾ ਕੰਨ ਪਾਈਏ। ਕਹਿੰਦੇ ਅੱਜ ਵੀ ਉਹ ਜਿਹੜਾ ਸਿੱਧਾਂ ਦਾ ਪਰਾਵਾਨ ਉਹ ਧਾਰ ਲਓ, ਹੱਠ ਛੱਡ ਦਿਓ, ਗੁਰ ਕੇ ਚਲੇ ਬਣੋ, ਕੰਨਾਂ 'ਚ ਮੁੰਦਰਾਂ ਪਾ ਲਓ, ਸਭ ਕੇ ਸਮਾਨ ਬਣ ਜੋ ਕੋ ਨਿਧਾਨ ਹੋਵੋ ਬਚਨੂ ਮੰਨ ਕੇ ਭੂਤਾਂ ਲਾਈਏ। ਫੇਰ ਸਭ ਬਣ ਵਰਗੇ ਬਣ ਕੇ ਯੋਗ ਦਾ ਖਜ਼ਾਨਾ ਬਣ ਜਾਓ।
ਸਾਡੇ ਵਚਨ ਨੂੰ ਮੰਨ ਲਓ, ਤਨ ਤੇ ਭਭੂਤੀ ਮੰਨ ਲਓ। ਜਰਾ ਦੁੱਖ ਜਾਏ ਰਹੋ ਉਸੇ ਦਿਨ ਕਿ ਮੈਂ ਸਦਾ ਕਲਾ ਬਣੋ ਇੱਕ ਜਗ ਤੇ ਵਜਾਈ। ਫਿਰ ਬੁਢਾਪੇ ਦਾ ਦੁੱਖ ਚੱਲ ਜਾਏਗਾ, ਜਰਾ ਮੈਨੂੰ ਬੁਢਾਪਾ। ਔਰ ਸਦਾ ਸਿੱਧਾਂ ਦੇ ਵਿੱਚ ਰਹੋ, ਸ਼ਕਤੀਵਾਨ ਹੋ ਕੇ ਸੰਸਾਰ ਤੋਂ ਪੂਜਾ ਕਰੋ। ਕਿਆ ਤੂੰ ਚੇਲੋ ਤੋ ਨਾ ਤੂੰ ਸ਼ਕਤ ਖਾਇਓ, ਅਬ ਦੋ ਮੈਂ ਇਹ ਕਹੀਏ ਨਿਜ ਪ੍ਰਾਣ ਕੋ ਬਚਾਈ। ਜਾਂ ਤਾਂ ਚੇਲੇ ਹੋ ਜਾਓ, ਨਹੀਂ ਆਪਣੀ ਸ਼ਕਤੀ ਦਿਖਾਲ ਦਿਓ, ਨਹੀਂ ਫਿਰ ਆਪਣੇ ਪ੍ਰਾਣ ਬਚਾਉਣ ਵਾਸਤੇ ਦੋਹਾਂ 'ਚੋਂ ਇੱਕ ਕੰਮ ਕਰ ਲਓ। ਸੁਣ ਵਸ ਬਹਿਣ ਮੁਸਕਾਨੇ ਕਰਦੇ ਹਨ ਸਭ, ਸ਼ਕਤ ਕਹਿਣ ਬੋਲੇ ਸਹਿਜ ਵਾਹਿਗੁਰੂ। ਇਤਨਾ ਸ਼ਬਦ ਸੁਣ ਕੇ ਮੁਕਤੀ ਦਾ ਹੱਸੇ, ਸਾਰੀਆਂ ਸ਼ਕਤੀਆਂ ਘਰ ਆਪਸੀ ਸਹਿਜ ਵਾਹਿਗੁਰੂ ਬੋਲੇ, ਸਾਡੀ ਇਹ ਕੁੰਡ ਖੜਾਮ ਜਿਹੜੀ ਹੈ ਉਹ ਹਵਾ ਦੇ ਵਿੱਚ ਘੁੰਮਣ ਵਾਲੀ ਹੈ। ਕੌਂਸ ਤੂੰ ਹਮਾਰੀ ਅਬ ਹੋਈ ਉਹ ਆਕਾਸ਼ਚਾਰੀ, ਹਾਂ ਤੂੰ ਤਾਰੀ ਨਿਜ ਵੱਲ ਦਿਖਾਏ। ਹੈ ਖੜਾਮ ਤੂੰ ਆਕਾਸ਼ ਚਲੀ ਜਾ, ਸਿੱਧਾਂ ਨੇ ਸਾਰੀਆਂ ਸ਼ਕਤੀਆਂ ਖੰਡਾ ਦਿੱਤੀਆਂ, ਜਿਹੜੀਆਂ ਪਿਛਲਾ ਤੀਆਂ ਮੈਨੇ ਖੰਡਾ ਤੀਆਂ। ਜੈਸੇ ਆ ਬਟੇਰਾ ਤੇ ਪਾਛੇ ਬਾਤ ਛੋਰਾ, ਤੈਸੇ ਤਰੇ ਸਭ ਤਰੇ ਰਹੀ ਉੱਪਰ ਸੁਹਾਇਬ। ਜਦੋਂ ਵਾਕ ਸੁਣੇ ਖੜਾਮ ਜਿਹੜੀ ਛੇਤੀ ਆਕਾਸ਼ ਚਲੇ ਗਈ, ਸਿੱਧਾਂ ਦੀਆਂ ਜਿੰਨੀਆਂ ਸ਼ਕਤੀਆਂ ਸਭ ਖੰਡਾ ਪੰਡਾ ਰਹੀਆਂ, ਜਿਵੇਂ ਬਟੇਰੇ ਦੇ ਪਿੱਛੇ ਬਾਜ ਛੱਡਿਆ ਪਿਆ ਹੋਵੇ ਨਾ, ਇਸ ਤਰ੍ਹਾਂ ਸਾਰਿਆਂ ਸਭ ਹੇਠਾਂ ਰਹੇ ਖੜਾਮ ਜਿਹੜੀ ਉੱਪਰ ਸੋਭਾ ਪਾ ਰਹੀ ਹੈ। ਕਾਇਰ ਪੈ ਸੂਰ ਕੁਰੰਗ ਸਾਰ ਦੂਰ ਜੈਸੇ ਕੋਈ ਨਾਗਪੁਰ ਤਾਂ ਮੈਂ ਖਗਪਤ ਜਾਤ, ਜਿਵੇਂ ਸੂਰਮਾ ਕਾਇਰ ਉੱਤੇ ਸ਼ੇਰ ਹਰਨ ਉੱਤੇ ਹੈ ਸੱਪ ਉਹਦੇ ਗਰੜ ਇਹ ਪਾਰੂ ਹੁੰਦੇ। ਲਛ ਪਰ ਬਾਨ ਅਗਿਆਨ ਪੈ ਸੋ ਗਿਆਨ ਜੈਸੇ, ਕਰਨਾ ਸੰਦ ਦੋਖੀ ਪੈਰ ਸਾਧ। ਫਿਰ ਅੱਗੇ ਦੱਸ ਰਿਹਾ ਜਿਵੇਂ ਨਿਸ਼ਾਨੇ ਦੇ ਤੀਰ ਆ, ਅਗਿਆਨ ਅਤੇ ਗਿਆਨ ਆ। ਕਿਰਪਾਲੂ ਕਿਰਪਾਲਾ ਜਿਹੜਾ ਪਰਮੇਸ਼ਰ ਸੰਤ ਦੋਖੀਆਂ ਦਾ ਨਾਸ ਕਰਦਾ, ਜਿਸ ਤਰ੍ਹਾਂ ਪਾਪਾਂ ਉੱਤੇ ਨਾਮ ਦਾ ਜਾਪ ਹੈ, ਦੈਵੈਸ਼ ਉੱਤੇ ਭਗਤੀ ਹੈ, ਔਰ ਜਿਵੇਂ ਬੱਕਰੀ ਦੇ ਨੇੜੇ ਬਘਿਆੜ ਜਾ ਕੇ ਡਰਦਾ ਨਹੀਂ, ਇਸ ਤਰ੍ਹਾਂ ਜਿਹੜੀ ਖੜਾਮ ਹੈ ਜਾ ਕੇ ਸਾਰੀਆਂ ਸ਼ਕਤੀਆਂ ਨੂੰ ਵੇਖ ਕੇ ਫਿਰ ਹਾਂਜੀ ਠਗਤੀਆਂ ਜਿਹਨੇ ਅਸੀਂ ਉਹ ਵੱਖ ਕਰਕੇ ਸਿੱਧਾਂ ਨੂੰ ਫਿਰ ਮਾਰ ਮਾਰ ਕੇ ਥੱਲੇ ਸੁੱਟਦਾ। ਖੜਾਮ ਵੱਜਦੀ ਠਾ ਠਾ ਟੋਡਰਾਂ 'ਚ, ਹਾਂਜੀ ਹੁਣ ਧੀਰਜ ਨਹੀਂ ਧਾਰਦੇ। ਜਾਂ ਕੀ ਸ਼ਕਤੀ ਤਾਂ ਕਿ ਅੱਗੇ ਜਾਏ ਭਰੀ, ਨੀਚੇ ਨੈਣ ਲਾਜਤ ਹੋਇਆ ਉੱਚੇ ਨਾ ਨਿਹਾਰੇ। ਜਿਹੜੀ ਸ਼ਕਤੀ ਅੱਗੇ ਜਾਪੇ, ਹੁਣ ਜਿਹੜੇ ਸਿੱਧੇ ਸੀ ਸ਼ਰਮ ਨਾਖਾਂ ਨੀਵੀਆਂ ਕਰ ਲਈਆਂ, ਹੁਣ ਦੇਖਦੇ ਨਹੀਂ ਰਾਰਮੇ ਪਰਾਜੇ ਹੋਏ ਸੂਰਜੋਂ ਲਜਾਏ ਜਾਤ ਪਏ ਮੁੱਖ ਤੂਸ਼ਣ ਬਹਿਣ ਕੋ ਉਚਾਰਿਆ। ਜਿਵੇਂ ਕਿਸੇ ਵੱਲ ਨਹੀਂ ਦੇਖਿਆ ਝਗੜੇ, ਜਿਵੇਂ ਸਾਰਿਆਂ ਦੀ ਹਾਰ ਹੋ ਜਾਏ, ਸੂਰਮੇ ਫਿਰ ਸ਼ਰਮਿੰਦੇ ਹੋ ਕੇ ਜਾ ਰਿਹਾ, ਸਾਰੇ ਚੁੱਪ ਚਾਪਿਆ, ਮੁੱਖ ਤੋਂ ਕੋਈ ਬਚਨ ਨਹੀਂ ਬੋਲ ਰਿਹਾ। ਗੋਪੀ ਜਨ ਪਾਲਸੀ ਮੰਗਲ ਤੇ ਆਜ ਤੇ ਹੀ ਮੈਂ ਹਲਾਸੇ ਹਸੇ ਦੇਵੇਂ ਕਰਤਾ ਰਹੀ ਹੈ। ਗੋਪੀ ਨਾਥ ਆ ਪਰਥਰੀ ਆ ਮੰਗਲ ਨਾ ਜਿੰਨੇ ਆ, ਬੜੇ ਕੋਈ ਹੱਸ ਰਹੇ, ਹੱਥਾਂ ਨਾਲ ਤਾੜੀਆਂ ਮਾਰਦੇ ਆ ਅਤੇ ਇਹ ਇੰਨੇ ਕੁ ਕਰਿਆਣ ਦੇ ਲਾਇਕ ਸੀਗੇ, ਇੰਨੀ ਕੁ ਕਰਾ ਕੇ ਹਟਣਾ ਸੀ ਨਹੀਂ। ਤਾਰੀਆਂ ਮੈਨੇ ਤਾੜੀਆਂ, ਹਲਾਸੇ ਮੈਨੇ ਖੁਸ਼, ਐਸੀ ਹੋਏ ਬਿਨ ਨਹੀਂ ਰਹਿਤ ਬਿਕਲਮਨ, ਜੈਸੀ ਵੇ ਦੇ ਯੋਗ ਹੋਤੇ ਤੈਸੀ ਦੇ ਹੋਏ। ਇਹ ਜਿਹੜੇ ਸੀਗੇ ਨਾ, ਇੰਨੇ ਬਿਨਾਂ ਕਹਿੰਦੇ ਨਹੀਂ ਸੀ ਰਹਿਣਾ। ਇਹਨਾਂ ਦੇ ਮਨ ਜਿਹੜੇ ਬੜੇ ਵਿਆਕਲ ਚੰਚਲ, ਜੈਸੀ ਵੇ ਉਹ ਤੈਸੇ ਹੀ ਦਿਖਾ, ਜਿਹੋ ਜਿਹੀ ਵਿਧੀ ਦੇ ਲਾਇਕ ਸੀ ਮਹਾਰਾਜ ਨੇ ਉਹੋ ਜਿਹੇ ਕਰਕੇ ਦਿਖਾ ਦਿੱਤੀ ਹੈ। ਦੋਈ ਮੰਗਲ ਪਾ ਗੁਰੂ ਨਾਥ ਜੀ ਦੇਖੋ ਤਬਾ ਤੁਮ ਕੈਸੇ ਹੈ ਗੁਰੂ। ਮੰਗਲ ਕਹਿਣ ਲੱਗਾ ਗੁਰੂ ਨਾਥ ਤਾਬਾ ਜੀ ਨੂੰ ਦੇਖਿਆ ਕਿਸ ਤਰ੍ਹਾਂ ਬਾਸ ਉਹ ਰਾਰ ਕਰੀ ਅਤੇ ਸੁਣ ਲਾਜਤ ਭੇ ਨੇ ਬੋਲ ਕੋ ਬਵਾਦ ਕਰਕੇ ਉਹਨੇ ਝਗੜੇ ਕੀਤੇ ਹੈ, ਬਹੁਤ ਸ਼ਰਮਿੰਦੇ ਹੋ ਗਏ, ਹੁਣ ਬੋਲਦਾ ਨਹੀਂ ਕੋਈ ਵੀ। ਆਪਣੇ ਮਨ ਮੈਂ ਬੋਲਦ ਕਰ ਜੋ ਲੱਗ ਸੂਰ ਨਾ ਸਮੇਂ ਹੋ ਕਰ, ਆਪਣੇ ਹੰਕਾਰ ਕਰਕੇ ਫੁੱਲੇ ਫਿਰਦੇ ਆ, ਹੈਂ ਔਰ ਜਿਹਨਾਂ ਦੇ ਸਾਹਮਣੇ ਕੋਈ ਸੂਰਮਾ ਨਹੀਂ ਹੁੰਦਾ ਉਹ ਤਾਰੇ ਪ੍ਰਕਾਸ਼ ਕਰੇ ਤਾਂ ਮੈਂ ਰੱਬ ਹੋ ਉਹਦੇ ਪੁੰਨ ਪ੍ਰਗਟੋ। ਇਸ ਕਰਕੇ ਕਹਿੰਦੇ ਜਦੋਂ ਸੂਰਜ ਚੜ ਜਾਂਦਾ ਫਿਰ ਕੋਈ ਵੀ ਤਾਰਾ ਤੂਰਾ ਨਜ਼ਰ ਨਹੀਂ ਆਉਂਦਾ ਹੈ, ਕੋਈ ਪ੍ਰਗਟ ਨਹੀਂ ਹੁੰਦਾ। ਸੋਈ ਗੁਰਖ ਬਹਿਣ ਭਾਨੇ ਸੁਣ ਕੇ ਤੂੰ ਪਾਗਲ ਸੱਤ ਥੇ ਪੂਰਨ ਰਹੇ। ਜਦੋਂ ਗੁਰੂ ਕਹਿਣ ਲੱਗਾ ਤੁਸੀਂ ਗੱਲ ਠੀਕ ਕਹਿੰਦੇ ਆ, ਇਹਨਾਂ ਰਾਈ ਥੋੜ੍ਹਾ ਮਤਰ ਵੀ ਝੂਠ ਨਹੀਂ। ਇੱਕ ਤਾਂ ਸਰੋਂ ਹੁੰਦੀ ਇੱਕ ਰਾਈ ਹੁੰਦੀ ਨਾ, ਉਹ ਸਰੋਂ ਦੇ ਦਾਣੇ ਨਾਲੋਂ ਬਰੀਕ ਹੁੰਦੀ,
ਖੇਂਥੜਾਏ ਗੁਰੂ ਟੇਕ ਤਾਂ ਸ਼ਨ ਬੈਠ ਗਏ ਮੁੱਖ ਬਾਣੀ ਅਦਾਈ। ਖੇਂਥੜਾ ਨਾਮ ਜਿਹੜਾ ਸਿਧਾਰਥ ਕੋਲ ਬਹਿ ਗਿਆ ਬੋਲਿਆ, ਕਹਿੰਦਾ ਯੋਗ ਤੋਂ ਬਿਨਾਂ ਮਨ ਨਹੀਂ ਸ਼ੁੱਧ ਹੁੰਦਾ। ਮੁੱਖ ਨੂੰ ਇਹ ਆ ਕੇ ਕਹਿਣ ਲੱਗਾ, ਯੋਗ ਮਨ ਸ਼ੋਧਨਾ ਉਤਾਰ ਸੀ ਜੇ ਉਹਨੇ ਸ਼ਰਮ ਲਾਈ। ਖੇਂਥੜਾ ਕੋਲ ਬਹਿ ਗਿਆ, ਮੁੱਖ ਤੋਂ ਗੱਲ ਕਹਿਣ ਲੱਗਾ, ਯੋਗ ਮਨ ਸ਼ੁੱਧ ਹੁੰਦਾ ਔਰ ਜਿਵੇਂ ਸਵਾਹ ਮਲੇ ਤੋਂ ਬਿਨਾਂ ਹਾਂਜੀ ਸ਼ੀਸ਼ਾ ਸਾਫ਼ ਨਹੀਂ ਹੁੰਦਾ। ਆਰਸੀ ਸ਼ੀਸ਼ਾ ਛਾਰ ਮਲਾਈ ਮੈਨੇ ਸਵਾਹ ਮਿਲਣ ਮੈਨੂੰ। ਸਾਧਨ ਕੌਣ ਹੈ, ਸਾਧਨ ਕਿਹਨੂੰ ਹੈ ਕੌਣ ਸੋ ਜੋ ਪਲ ਵੀ ਸਮਝਦੇ ਹੋ ਤਾਏ। ਕਹਿਣ ਲੱਗਾ ਤੁਸੀਂ ਕਿਹੜੇ ਸਾਧਨ ਨੇ ਜੋ ਕੀਤਾ ਇਹ ਭਲੀ ਰੀਤੀ ਨਾਲ ਮੈਨੂੰ ਦੱਸ ਦਿਓ। ਸ਼੍ਰੀ ਗੁਰ ਕੈਦ ਪੁਰਾਣਾ ਜੰਮ ਕੇ ਕਰਮ ਤੇਨ ਪੂਰ ਕਹਿ ਕੁੰਭ ਗੌਰ ਵਿੱਚ ਗੁਖਾਣੀ ਹੈ। ਪਾਤਸ਼ਾਹ ਕਹਿਣ ਲੱਗੇ ਪੁਰਾਣਾ ਜੰਮ ਦੇ ਤਿੰਨ ਕਰਮ ਹੈ, ਪੂਰਕ ਸਵਾਸਾਂ ਨੂੰ ਅੰਦਰ ਖਿੱਚਣਾ, ਕੁੰਭ ਕਿਵੇਂ ਠਹਿਰਾਉਣਾ, ਰਿਛ ਕਿਵੇਂ ਤਿਆਗਣਾ, ਇਹ ਤਿੰਨ ਤਰ੍ਹਾਂ ਦਾ ਕਿਹਾ। ਸੁਣ ਕੇ ਭਗਤ ਬਾਬ ਪੂਰੋ ਕੋ ਕਿਨੋ ਨੀ ਕੋਈ ਨਾਮ ਲਿਵਲਾਏ ਨੀਤ ਕੁੰਭਕ ਪਰਮਾਨੀ ਹੈ। ਕਹਿੰਦੇ ਸੁਣ ਲਓ ਸਗਲ ਪੂਰਕ ਕੀ ਪ੍ਰਭ ਜਿਹੜੀ ਧੁਨੀ ਆ ਉਹ ਸੁਣ ਕੇ ਪ੍ਰੇਮਾ ਭਗਤੀ ਪ੍ਰਗਟ ਹੋ ਜਾਂਦੀ। ਕੁੰਭਕ ਪੁਰਾਣਾ ਜੰਮ ਕਰਨ ਪਰਮੇਸ਼ਰ ਨਾਮ 'ਚ ਲਿਵ ਲੱਗ ਜਾਂਦੀ, ਇਹ ਗੱਲ ਪੱਕੀ ਸੱਚੀ ਮੰਨ ਲਓ। ਹਰੇ ਜਗ ਪੁਰਾਣਾ ਜੰਮ ਕਰਨ ਮਨ ਦੇ ਸਾਰੇ ਵਿਕਾਰ ਦੂਰ ਹੋ ਜਾਂਦੇ, ਇਹ ਗੱਲ ਦੀ ਵਿਚਾਰ ਕਰ ਲਓ। ਸੁਣ ਕੇ ਭਗਤ ਭਾਵ ਪੂਰੋ ਕੋ ਕਿਨੋ ਨੀ ਕੇ ਨਾਮ ਲਿਵਲਾਏ ਨੀਤ ਕੁੰਭਕ ਪਰਮਾਨੀ। ਫਿਰ ਪਾਤਸ਼ਾਹ ਕਹਿੰਦੇ ਇਹ ਗੱਲ ਪੱਕੀ ਜਾਣ ਲਓ, ਰੇਚਕ ਪੁਰਾਣਾ ਜਮ ਕਰਨਾ ਮਨ ਦੇ ਸਾਰੇ ਵਿਕਾਰ ਮੁੱਕ ਜਾਂਦੇ। ਫਿਰ ਇਹ ਵੀ ਗੱਲ ਵਿਚਾਰ ਲਓ, ਕਲੀ ਕਾਲ ਵੇਖੇ ਐਸੇ ਯੋਗ ਗਤ ਦਨੀ, ਕਲੀ ਕਾਲ ਦੇ ਵਿੱਚ ਐਸਾ ਜਿਹਾ ਯੋਗ ਗਤ ਦੇ ਕਲਿਆਣਕਾਰੀ। ਖੇਂਥੜਾ ਸੁਣ ਰਖਾਏ ਲਪਟਾਏ ਪੱਗ ਤੂੰ ਹੈ ਕਰਤਾਰ ਅਵਤਾਰ ਦਾ ਬਹਾਨਿਆ। ਖੇਂਥੜਾ ਕਹਿਣ ਲੱਗਾ ਬੜਾ ਖੁਸ਼ ਹੋਇਆ, ਕਹਿੰਦਾ ਗੁਰੂ ਜੀ ਮੈਂ ਤੁਹਾਡੇ ਚਰਨੀ ਲੱਗਦਾ। ਚਰਨੀ ਲੱਗ ਕੇ ਕਹਿਣ ਲੱਗਾ ਕਲਯੁਗ 'ਚ ਤੁਸੀਂ ਕਲਿਆਣਦਾਤੇ ਆਏ, ਤੁਸੀਂ ਕਰਤੇ ਪੁਰਖ ਦੇ ਉਤਾਰੇ ਹਾਂ ਔਰ ਸਾਰੇ ਪਖੰਡਾਂ ਦਾ ਨਾਸ ਕਰਨ ਵਾਲੇ ਹਾਂ। ਪੂਰਮ ਬਹੁਰ ਆਇਓ ਧੂਰਮ ਹੈ ਸੰਗ ਜਾ ਕੇ ਬੁਝੇ ਮਨ ਵਾਸ ਕਾਂ ਪਾਉਣ ਰਹੇ ਥਾਨੂੰ ਕੋ। ਹੁਣ ਇਹ ਪੂਰਮ ਸਿੱਧਾ ਗਿਆ, ਆਪਣਾ ਸਾਥੀ ਧੂਰਮ ਨੂੰ ਨਾਲ ਲਿਆ, ਪੁੱਛਣ ਲੱਗਾ ਮਨ ਦਾ ਕਿੱਥੇ ਵਾਸਾ ਹੈ, ਕੌਣ ਕਿਹੜੀ ਜਗ੍ਹਾ ਰਹਿੰਦੀ ਹੈ, ਕੌਣ ਹੈ ਕੌਣ ਹੋ ਨਰੇਸ਼, ਕੌਣ ਸੱਚ ਬਤਾਏ ਮੋਏ ਕੈਸੇ ਪ੍ਰਬੰਧ ਕੈਸੇ ਕੰਧ ਰਹੇ ਹਨ ਕੋ। ਕਹਿੰਦਾ ਸਾਨੂੰ ਇਹ ਗੱਲ ਦੱਸੋ, ਗੱਲ 'ਚ ਫਾਹੀ ਕਿਵੇਂ ਪੈਂਦੀ, ਹਾਨੀ ਦਾ ਨਾਸ ਕਿਵੇਂ ਹੁੰਦਾ, ਗੁਰੂ ਕੌਣ ਹੁੰਦਾ ਹੈ, ਚੇਲਾ ਕੌਣ ਹੈ, ਸੁੱਖ ਦੇਣ ਵਾਲਾ ਭਵਨ ਕਿਹੜਾ ਹੈ ਔਰ ਮਾਇਆ ਦਾ ਮੋਹ ਜਿਹੜਾ ਜਾਲ ਹੈ ਕਿਵੇਂ ਖਤਮ ਹੁੰਦਾ ਹੈ। ਕੋ ਹੈ ਕੈਸੇ ਕੰਧ ਨੇ ਹੈ ਹਾਨ ਹੈ, ਇਸ ਵਾਸਤੇ ਆ ਕੇ ਇਹ ਹੈ ਜਿਹੜਾ ਇਹ ਬੋਲਿਆ ਕਿ ਕਿਵੇਂ ਇਹ ਨਾਸ ਨਹੀਂ ਹੁੰਦਾ। ਲਿਹੋ ਸੀ ਗੁਰ ਕੋ ਹੈ ਗੁਰੂ, ਤੁਹਾਡਾ ਗੁਰੂ ਕੌਣ, ਚੇਲੇ ਕੌਣ, ਕਿਹਦੇ ਚੇਲੇ ਹੈ। ਪੂਰਮ ਬਹੁਰ ਆਇਓ ਧੂਰਮ ਸੰਗ ਜੰਗ ਬੁਝੇ ਮਨ ਵਾਸ ਕਾਂ ਪਾਉਣ ਰਹੇ ਸਾਨੂੰ, ਮਨ ਦੇ ਵਿੱਚ ਵਾਸਾ ਕਿੱਥੇ ਪਾਉਣ ਕਿੱਥੇ ਰਹਿੰਦੀ ਕਿਹੜੀ ਜਗ੍ਹਾ, ਕੌਣ ਹੋ ਨਰੇਸ਼, ਰਾਜਾ ਕੌਣ, ਕੌਣ ਸੱਚ ਬੀਜੀ ਕੌਣ, ਬਤਾਏ ਮੋਏ ਮੈਨੂੰ ਦੱਸੋ ਕੈਸੇ ਪਰੇ ਬੰਧ ਕਿ ਬੰਧਨ ਕਿਵੇਂ ਪੈਂਦਾ ਹੈ, ਤੇਰਾ ਬੰਧਨ ਕਿਵੇਂ ਪੈਂਦਾ ਹੈ, ਕੈਸੇ ਕੰਧ ਨੇ ਹਨ, ਕਿਸ ਤਰ੍ਹਾਂ ਸਰੀਰ ਨਾਸ ਨਹੀਂ ਹੁੰਦਾ, ਕੋ ਹੈ ਗੁਰੂ ਕੌਣ, ਗੁਰੂ ਚੇਲੋ ਕੌਣ, ਚੇਲਾ ਕੌਣ ਹੈ, ਸੁਖਦਾਈ ਪਾਉਣ ਕੌਣ, ਸੁਖ ਦੇਣ ਵਾਲਾ ਘਰ ਕਿਹੜਾ, ਮਾਇਆ ਮੋਹ ਟੁੱਟੇ ਕੈਸੇ, ਮਾਇਆ ਦਾ ਮੋਹ ਕਿਵੇਂ ਟੁੱਟੇ, ਕਰੀਏ ਵਿਖਾਉਣ, ਇਹ ਗੱਲ ਕਹਿ ਕੇ ਦੱਸੋ। ਲਿਓ ਸੀ ਗੁਰ ਕੀ ਗੁਰ ਸਿੱਖਿਆ ਲਓ, ਮਾਨੀਏ ਬਚਨ ਮ ਸਾਡਾ ਬਚਨ ਮੰਨੋ, ਪਾਈਏ ਪਰਮ ਪਦ ਜਾ ਕੇ ਨਾ ਸਮਾਨ, ਪਰਮ ਪਦ ਵੀ ਪਾ ਲਓ ਜਿਹਦੇ ਬਰਾਬਰ ਹੋਰ ਕੋਈ ਪਦ ਵੀ ਨਹੀਂ, ਰਿਹਦੇ ਮਨ ਵਾਸ ਜਾਂ ਨਾ ਪੇ ਕੇ ਪਾਉਣ ਥਾਨ, ਮਨ ਮੈਂ ਨਰੇਸ਼ ਪ੍ਰਾਣ ਸੱਚ ਵਿਖਾਣੀ ਹੈ। ਮਨ ਦਾ ਕਹਿੰਦੇ ਹਿਰਦੇ 'ਚ ਵੱਸ ਹੈ, ਧੁਨੀ ਦੇ ਵਿੱਚ ਹਵਾ ਰਹਿੰਦੀ ਹੈ, ਮਨ ਰਾਜਾ ਹੈ ਪ੍ਰਾਣ ਮੰਤਰੀ ਹੈ, ਵਿਸ਼ੇ ਵਗੈਰਾ ਰਚ ਕੇ ਇਹ ਜਿਹੜਾ ਜੀਵ ਆ ਨਾ ਵਿਸ਼ੇ ਵਿਕਾਰ ਰਚ ਬੰਧਨ ਪਰਤ ਜੂ, ਇਹ ਬੰਧਨਾਂ 'ਚ ਪੈ ਜਾਂਦਾ ਵਿਸ਼ੇ ਵਿਕਾਰਾਂ ਦੇ ਜਾਲ 'ਚ ਫਸ ਕੇ। ਦਸਵੇਂ ਦੁਆਰ ਪਾਉਣ ਰਹੇ ਕੰਧ ਨਹਿ ਹਾਨੀ, ਦਸਵੇਂ ਦੁਆਰ ਪ੍ਰਾਣ ਰਹਿੰਦੇ ਵਿਕੰਧ ਸਰੀਰ ਦਾ ਨਾਸ ਨਹੀਂ ਹੁੰਦਾ ਹੈ। ਗੁਰੂ ਹੈ ਸ਼ਬਦ ਧੁਨ, ਚੇਲਾ ਹੈ ਸੁਰਤ ਤੇਹ, ਧਾਮ ਸੁਖਦਾਈ ਤੁਰੀ ਅਪਦ ਵੀ ਪਰਮਾਨੀ, ਸ਼ਬਦ ਗੁਰੂ ਹੈ ਸੁਰਤ ਦਾ ਚੇਲਾ ਆ, ਜਿਹੜਾ ਸੁਖਦਾਈ ਘਰ ਕਿਹੜਾ, ਤੁਰੀਆ ਪਦ ਆ ਬ੍ਰਹਮ ਗਿਆਨ ਦਾ,
ਇਹ ਜਾਣ ਲਓ। ਜਦ ਮਨ ਅੰਦਰ ਕਹਿੰਦੇ ਮਹਾਰਾਜ ਦਾ ਗਿਆਨ ਹੋ ਜਾਂਦਾ ਔਰ ਫਿਰ ਗੁਰੂ ਜਿਹੜਾ ਹੈਗਾ ਉਹ ਇਹ ਸੁਰਤੀ ਦਾ ਚੇਲਾ ਹੈ, ਇਹ ਸੁੱਖ ਦੇਣਾ ਘਰ ਤੁਰਿਆ ਪਾ ਦਿਆ, ਇਹ ਜਾਣ ਲਓ। ਜਦ ਮਨ ਅੰਦਰ ਗਿਆਨ ਹੋ ਜਾਂਦਾ ਤਾਂ ਮਾਇਆ ਦਾ ਮੋਹ ਟੁੱਟ ਜਾਂਦਾ। ਇਹ ਸਾਰੇ ਜਿਹੜੇ ਸਿੱਧ ਆ ਸਿੱਧਾਂ ਨੂੰ ਇਹ ਸਿੱਖਿਆ ਦਿੰਦਾ, ਤੁਸੀਂ ਪਛਾਣ ਲਓ ਕੋਈ ਢੰਗਰ ਪੂਜ ਸ਼੍ਰੀ ਗੁਰ ਸੋਂ ਤੁਝ ਕੌਣ ਪਿਤਾ ਕਹੋ ਹੁਕਮ ਹੈ ਤੁਹਾਡੀ। ਢੰਗਰ ਆ ਗਿਆ ਕਹਿੰਦਾ ਤੁਹਾਡਾ ਪਿਤਾ ਕੌਣ ਹੈ ਮਾਤਾ ਕੌਣ ਹੈ, ਜੋਗੀ ਕੇ ਭੋਗੀ ਕੇ ਸੋਗੀ ਕਦੋਂ ਅਰਖੀ ਰਹਿ ਹੋ ਔਰ ਸੱਚ ਜਾ, ਤੁਸੀਂ ਜੋਗੀ ਹਾਂ ਜਾਂ ਭੋਗੀ ਹਾਂ ਜਾਂ ਸੋਗੀ ਹਾਂ, ਹਾਂ ਖੁਸ਼ੀ 'ਚ ਰਹਿ ਰਹੇ ਹਾਂ ਇਹ ਸੱਚ ਕਹਿ ਦੱਸੋ। ਉਹ ਪ੍ਰਕਾਰ ਸੰਸਾਰ ਜਾਰ ਮਿਟਾ ਹੁਣ ਕਾਹੇ ਤੂ ਜਲ ਬੋਧ ਤੁਮਾਰੀ, ਉਹ ਕਿਹੜਾ ਪ੍ਰਕਾਸ਼ ਜਿਹਨਾਂ ਜੰਜਾਲ ਮਿਟ ਜਾਂਦੇ ਆ, ਹੈਂ ਉਹ ਕਾਹੇ ਦੇ ਉਜਲ ਬੋਧ ਤੁਮਾਰੀ, ਤੁਹਾਡੀ ਜਿਹੜੀ ਬੁੱਧੀ ਉਜਲ ਆ ਉਹ ਕਿਸ ਕਾਰਨ ਤੋਂ ਹੋ ਰਹੀ, ਹੈਂਜੀ ਕਿਸ ਕਾਰਨ ਤੁਹਾਡੀ ਬੁੱਧੀ ਇੰਨੀ ਉਜਲ ਪਵਿੱਤਰ ਹੋ ਗਈ ਕਿ ਪ੍ਰਸ਼ਨ ਮਗਰੋਂ ਕਰਦੇ ਉੱਤਰ ਪਹਿਲਾਂ ਦੇ ਦਿੰਦੇ ਹਾਂ। ਉਹ ਪ੍ਰਕਾਸ਼ ਸੰਸਾਰ ਜੰਜਾਲ ਮਿਟਾ, ਕਿਹੜਾ ਪ੍ਰਕਾਸ਼ ਜਿਹਨਾਂ ਜੰਜਾਲ ਮਿਟ ਗਿਆ, ਕੁਨ ਕਾਹਦੀ ਉਜਲ ਬੋਧ ਤੁਮਾਰੀ, ਉਹ ਕਿਹੜਾ ਪੁੰਨ ਕਰਮ ਆ ਜਿਹਨਾਂ ਤੁਹਾਡੀ ਬੁੱਧੀ ਉਜਲ ਹੋ ਗਈ। ਗੁਰ ਕੇ ਉਪਦੇਸ਼ ਲਈਏ ਜੱਗ ਦੇ ਜੀਤ ਰਹੇ ਨਹਿਹਾਰੀ। ਕਿ ਧੰਗੜ ਸਿੱਧ ਕਹਿਣ ਲੱਗਾ ਤੁਹਾਡਾ ਪਿਤਾ ਕੌਣ ਹੈ ਮਾਤਾ ਕੌਣ ਹੈ, ਕੀ ਜੋਗੀ ਹੈ ਕਿ ਭੋਗੀ ਹੈ, ਹੈਂ ਸੰਗੀ ਹੈ ਸੋਗੀ ਹੈ ਜਾਂ ਖੁਸ਼ ਰਹਿਣ ਵਾਲੇ ਹੈ, ਇਹ ਸਾਨੂੰ ਸੱਚੇ ਹੀ ਬਚਨ ਦੱਸੋ। ਔਰ ਪ੍ਰਕਾਸ਼ ਨਾਲ ਦੁਨੀਆਂ ਜਜਾਲ ਜਿਹੜੇ ਮਿਟ ਜਾਂਦੇ ਆ, ਇਸ ਵਾਸਤੇ ਤੁਹਾਡੀ ਬੁੱਧੀ ਇੰਨੀ ਉਜਰਿਆ। ਗੋਰਖ ਦਾ ਉਪਦੇਸ਼ ਲੈ ਲਓ, ਸੰਸਾਰ ਤੁਹਾਡੀ ਦੇਹ ਅਜਿੱਤ ਰਹੇਗੀ, ਕਦੇ ਵੀ ਹਾਰੇਗੀ ਨਹੀਂ। ਪੰਕਜ ਲੋਚਨ ਬਹਿਨ ਕਹੇ ਪਿਤ ਮੋਹੇ ਸੰਤੋਖ ਖਿਮਾ ਸੁਭ ਮਾਈ। ਕਮਲ ਨਾਲ ਸਤਿਗੁਰੂ ਜੀ ਕਹਿੰਦੇ ਸੰਤੋਖ ਮੇਰਾ ਪਿਤਾ, ਖਿਮਾ ਮੇਰੀ ਮਾਤਾ, ਗ੍ਰਹਿਸਥ ਵਿੱਚ ਜੋਗੀ ਹੈ ਔਰ ਗ੍ਰਹਿਸਥੀ ਨੂੰ ਸੋਗ ਪੈਂਦੇ ਹੈ ਪਰ ਅਸੀਂ ਸੋਗ ਨਹੀਂ ਕਰਦੇ। ਭੋਗ ਮੈਂ ਜੋਗ ਨਾ ਸੋ ਕਰਿਓ, ਹਰ ਖੂਨ ਹੈ ਨੀਰ ਜਿਉਂ ਕੰਝ ਜਾਏ। ਹੁਣ ਅਸੀਂ ਸੋਗ ਨਹੀਂ ਕਰਦੇ, ਗ੍ਰਹਿਸਥੀ ਵਿੱਚ ਜੋਗੀ ਹਾਂ, ਗ੍ਰਹਿਸਥੀ ਨੂੰ ਸੋਗ ਪੈਂਦੇ ਆ, ਸੋਗ ਨਹੀਂ ਕਰਦੇ। ਗ੍ਰਹਿਸਥਾਂ ਨੂੰ ਇਸਤਰੀ ਇੱਜ਼ਤ ਔਰ ਤਾਕਤ ਦੀ ਖੁਸ਼ੀ ਹੁੰਦੀ ਹੈ, ਉਹ ਖੁਸ਼ੀ ਅਸੀਂ ਨਹੀਂ ਕਰਦੇ। ਅਰਖੇ ਨੇ ਨੀਰ ਜਿਉਂ ਕੰਝ ਰਹੇ, ਜਿਵੇਂ ਪਾਣੀ 'ਚ ਕਬਲ ਰਹਿੰਦਾ ਇਉਂ ਰਹਿ ਰਹੇ ਹਾਂ। ਜੰਜਾਰ ਓਂਕਾਰ ਪ੍ਰਕਾਸ਼ ਮਿਟੇ, ਗੁਰ ਕੋ ਮਿਲ ਉਜਲ ਬੋਧ ਸਹਾਇ। ਫਿਰ ਪ੍ਰਕਾਸ਼ ਨਾਲ ਸਾਰੇ ਜੰਜਾਲ ਮਿਟ ਜਾਂਦੇ ਆ, ਸਤਿਗੁਰੂ ਮੇਰੇ ਉਜਲ ਬੁੱਧੀ ਜਿਹੜੀ ਸੋਭਾ ਦਿੰਦੀ ਹੈ। ਗੋਰਖ ਤੋਂ ਸੰਗ ਔਰ ਸਭ ਹੀ ਸਿੱਧ ਦੇਵੋਂ ਕੇ ਉਪਦੇਸ਼ ਬਣਾਈ। ਫਿਰ ਪਾਤਸ਼ਾਹ ਕਹਿੰਦੇ ਸਤਿਗੁਰ ਮਿਲ ਕੇ ਉਜਲ ਬੁੱਧੀ ਹੁੰਦੀ ਹੈ, ਗੋਰਖ ਸਾਰੇ ਜਿੰਨੇ ਦੇ ਸੰਗੀ ਸਿੱਧ ਆ ਇਹਨਾਂ ਨੂੰ ਚੰਗਾ ਗਿਆਨ ਦਾ ਉਪਦੇਸ਼ ਦੇਵਾਂਗੇ। ਦੋਹਰਾ ਪੁਨ ਗੁਰ ਸਮਝੀ ਰਹੇ ਅਦਭੁਤ ਦਿਖਾਏ, ਗੁਰ ਨੇ ਹਿਰਦੇ ਸਮਝ ਲਿਆ, ਬਹੁਤ ਸਾਰੀ ਆਪਣੀ ਸੁਆਹ ਆਪਣੇ ਸਿਰ ਨੂੰ ਮੜ ਲਈ ਔਰ ਸੋਚਿਆ ਅਨੂ ਨੇ ਅਰਗ ਵਿਖੇ ਮਾਨੇ ਮਨੇ ਰਵਾਏ, ਮੈਂ ਗੁਰੂ ਜੀ ਨਾਨਕ ਸਾਹਿਬ ਨੂੰ ਬਣਾ ਕੇ ਆਪਣੇ ਪੰਥ 'ਚ ਲਿਆਵਾਂਗਾ। ਇਹ ਮਨ ਵਿੱਚ ਬੜਾ ਲਲਚਾ ਰਿਹਾ, ਲਵਾਏ ਮਨ ਹੋ ਰਿਹਾ। ਖਪਰ ਦਾ ਨਾਥ ਨੇ ਬਾਲੇ ਤਾਲਬ ਲੋਕ ਗੁਰਖ ਨੇ ਖਬਰ ਦਿੱਤਾ, ਕਹਿੰਦੇ ਬਲ ਕੇ ਉਹ ਦੇਖ ਇੱਕ ਸਰੋਵਰ ਨੂੰ ਦੇਖ, ਪਾਣੀਆਂ ਨੂੰ ਤਾਂ ਅਤੇ ਦੂਜੇ ਸਦਾ ਅਸ਼ੋਕ, ਉਹ ਤਾਲ ਤੋਂ ਪਾਣੀ ਲਾਇਓ ਸਦਾ ਦੁੱਖ ਤੇਰਾ ਧੋ ਜਾ। ਲੇਕਰ ਕੇ ਉਹਨੇ ਤਾਲ ਟੇਕ ਮਾਣਕ ਲਾਲ ਵਿਸਾਲ ਅਤੇ ਖਬਰ ਲੈ ਗਿਆ। ਉੱਥੇ ਬੜੇ ਹੀਰੇ ਜਵਾਹਰਾਤ ਪਏ ਆ ਬੜਬੜੇ, ਪੂਰਨ ਸਾਰਾ ਵੀ ਲੋਕ ਠਾਡੇ ਰਹੇ ਕਿਰਪਾ। ਸਰੋਵਰ ਨੂੰ ਦੇਖ ਕੇ ਮਾਰਾ ਕਿਨਾਰੇ ਦੇ ਖੜ੍ਹੇ ਹੋ ਗਏ, ਜਗਮਗ ਜਗਮ ਕਰਦਾ ਹੈ ਤਾਂ ਜਗਾ ਪੂਰ, ਉੱਥੇ ਜਗਮਗ ਜਗਮਗ ਹੋ ਰਹੀ ਹੈ, ਬਹੁਤ ਜਵਾਹਰਾਤ ਹੀਰੇ ਪਏ ਹੋਏ। ਔਰ ਗੋਰਖ ਕੋਈ ਚੱਲ ਜਾਣ ਕੇ ਹਟ ਜਾਏ ਜੰਗ, ਜਾਣਿਆ ਵੀ ਗੋਰਖ ਦਾ ਛਾਲਿਆ, ਉਹਨੇ ਇਹ ਡਰਾਮਾਬਾਜ਼ੀ ਕੀਤੀ ਸਾਰੀ। ਮਹਾਰਾਜ ਉਵੇਂ ਮੁੜ ਕੇ ਆ ਗਏ, ਹਾਂਜੀ ਮੂਲ ਮੈਂ ਸੰਸਾਰ ਦਾ ਮੂਲ ਜਿਹੜੇ ਪਰਮੇਸ਼ਰ ਸਤਿਗੁਰੂ ਵਾਪਸ ਆ ਗਏ। ਕਹੇ ਆਨ ਤੈ ਨੀਰ ਨਹਿ ਖਪਰ ਲਓ, ਮਹਾਰਾਜ ਕਹਿੰਦੇ ਉੱਥੇ ਪਾਣੀ ਨੇ ਖਪਰ ਸੰਭਾਲ ਲਓ। ਗੋਰਖ ਕੋਈ ਚੱਲ ਜਾਣ ਕੇ ਹਟ ਜਾਏ ਜਗ ਮੂਲ, ਕਹੇ ਆਨ ਤੈ ਨੀਰ ਨਹਿ ਖਪਰ ਲਓ ਸੰਭਾਲ, ਬੈਠੇ ਹੋਰ ਸਮੀਪ ਹੈ ਸ਼੍ਰੀ ਗੁਰੂ ਦੀਨ ਦਿਆਲ, ਅਤੇ ਸ਼੍ਰੀ ਗੁਰੂ ਦੀਨ ਦਿਆਲ ਉਹਨਾਂ ਦੇ ਕੋਲ ਬਹਿ ਗਏ। ਇਸ ਸ਼੍ਰੀ ਗੁਰੂ ਨਾਨਕ ਗ੍ਰੰਥੇ ਗੁਰੂਵਾਰ ਦੇ ਇਸ ਦਿਨ ਜਾਪ ਸੰਗਨਾ ਵਰਨਮ ਤ੍ਰੇਠ ਸਮੂਹ ਅਧਿਆਇ। ਇਸ ਵਾਸਤੇ ਕਹਿੰਦੇ ਉਹ ਖਬਰ ਸੰਭਾਲ ਲੈ। ਫਿਰ ਸਤਿਗੁਰੂ ਗੋਰਖ ਦੇ ਨੇੜੇ ਆ ਕੇ ਅਤੇ ਬੈਠ ਗਏ।
ਬੈਠੇ ਬਹੁਤ ਸਮੀਪ ਹੈ ਸ਼੍ਰੀ ਗੁਰੂ ਦੀਨ ਦਾ ਦੀਨਾਂ ਅਤੇ ਜਾਲੂ ਆ ਕੇ ਬਹਿ ਗਿਆ। ਸ੍ਰੀ ਗੁਰੂ ਨਾਨਕ ਪ੍ਰਗਮ ਅਤੇ ਪੂਰਵਾ ਦੇ ਸਿੱਧਨ ਚਰਚ ਆਪਣਾ ਵਰਨ ਨਾਮ ਤ੍ਰੇਠ ਸਮਾਂ ਦੇ ਆਏ ਤ੍ਰੇਠ ਦੇ ਆਪ ਪੂਰੇ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।